ਆਜ਼ਰਾ ਚੰਚਦਾ ਵਿਚਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਰ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੰਚਦਾ ਵਿਚਾਰ ਪੇਸ਼ ਕਰਨ ਦਾ ਹੋ ਚੱਲਿਆ ਵੇਲਾ ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਹਰਬੰਥ ਸਿੰਘ ਜੀ ਦਾ ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਜਨਾਬ ਸਾਹਿਬ। ਕੀ ਹਾਲ ਚਾਲ ਹੈ? ਬਹੁਤ ਹੀ ਵਧੀਆ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਕਲਾ ਜ਼ਿੰਦਗੀ ਜ਼ਿੰਦਾਬਾਦ ਟਣਾ ਟਣ ਗੁਲਜ਼ਾਰ। ਅੱਜ ਫੇਰ ਤੋਂ ਆਪਾਂ ਆਪਣੇ ਸਾਈਕਲ ਦੇ ਕੋਲ ਬੈਠੇ ਆਂ, ਪਕਸ਼ੀਆਂ ਕੋਲ ਬੈਠੇ ਆਂ, ਲਾਲ ਟੇਨ ਕੋਲ ਬੈਠੇ ਆਂ। ਕਿਵੇਂ ਲੱਗ ਰਿਹਾ ਟਣਾ ਸਾਹਿਬ? ਮੈਨੂੰ ਬਹੁਤ ਚੰਗਾ ਲੱਗਦਾ। ਜੀ। ਮੈਨੂੰ ਹਰ ਥਾਂ ਤੇ ਚੰਗਾ ਲੱਗਦਾ। ਹਾਂ। ਹਰ ਭੈਣ ਭਰਾ ਚੰਗਾ ਲੱਗਦਾ। ਸਾਰਿਆਂ ਨੂੰ ਮੈਨੂੰ ਚੰਗਾ ਲੱਗਦਾ। ਜੀ। ਸਰ ਇਸੇ ਕਰਕੇ ਸਾਡੀ ਗੱਲਬਾਤ ਚੱਲੀ ਜਾਂਦੀ ਆ। ਹਾਂ ਬਿਲ ਅੱਜ ਇੰਨਾ ਮਤਲਬ ਤੁਸੀਂ ਫਸੇ ਜੇ ਕਾਹਤੋਂ ਬੈਠੇ ਹੋ ਇਹਨੇ ਆਕੜੇ ਜਗ੍ਹਾ ਤੋਂ ਬੈਠੇ ਹੋ ਹੈਲਪ ਨਹੀਂ ਦੇ ਮੈਂ ਕੋਟ ਪਾਇਆ ਕੱਲੀ ਧੌਣੇ ਲੜ ਰਹੀ ਹੈ ਹਾਂ ਕੋਈ ਹੱਥ ਨਹੀਂ ਆ ਰਿਹਾ ਉਹ ਦੇਖੋ ਗੱਲ ਇਹ ਹੈ ਵੀ ਮੈਂ ਇਹਨੂੰ ਨਾ ਘੱਟ ਪਾਉਣਾ ਨਾ ਮੈਂ ਆ ਚੀਜ਼ਾਂ ਵੰਡ ਣ ਕੇ ਆਲੀਆਂ ਹਾਂ ਉਹ ਮੈਂ ਘੱਟ ਪਾਉਣਾ ਹੁੰਦਾ ਨਹੀਂ ਪਰ ਅੱਜ ਇਹਨੇ ਟੌਰ ਕੱਢੀ ਹੈ ਕਿੱਥੋਂ ਉਹ ਮੇਰਾ ਚਿੱਤ ਕੀਤਾ ਹਾਂ ਮੇਰਾ ਚਿੱਤ ਕੀਤਾ ਮੈਂ ਟੌਰ ਕੱਢ ਲਾ ਵਰਦੇ ਮੀਂਹ ਚ ਐਡੀ ਟੌਰ ਕੱਢ ਕੇ ਤੁਰੇ ਫਿਰਦੇ ਹੋ ਕੀ ਹੋ ਗਿਆ ਤੁਹਾਨੂੰ ਮਾੜੀ ਗੱਲ ਆ ਨਹੀਂ ਚੰਗੀ ਗੱਲ ਆ ਪਰ ਵਰਦੇ ਮੀਂਹ ਦੇ ਵਿੱਚ ਟੌਰਾ ਨਹੀਂ ਨਿਕਲਦਾ ਨਹੀਂ ਕੱਢਣੀ ਚਾਹੀਦੀ ਹੋਰ ਲੋ ਕੋਟ ਨਹੀਂ ਪਾਉਂਦੇ ਤੇ ਜੇ ਮੈਂ ਪਾ ਲਿਆ ਕਿ ਲੋੜ ਆ ਗਿਆ ਓਹੋ ਉਹ ਕੋਟ ਪੈਂਟ ਪਾ ਲੈਣਾ ਚਾਹੀਦਾ ਕਦੇ ਕਦੇ ਵਿਆਹਾਂ ਦਾ ਸੀਜ਼ਨ ਆ ਗਿਆ ਤੇ ਕਿਸੇ ਨੂੰ ਬੋਲਣ ਵੀ ਦਈਦਾ ਕਦੇ ਕਦੇ ਠੀਕ ਹੈ ਕੋਰਟਪੈਂਟ ਜੱਜ ਰਿਹਾ ਹੈ ਪਰ ਮੈਂ ਤਾਂ ਮੌਸਮ ਦੀ ਹਾਲ ਬਿਆਨੀ ਦੀ ਗੱਲ ਕਰਨ ਲੱਗੀ ਸੀ ਪੰਜਾਬ ਦੇ ਵਿੱਚ ਮੌਸਮ ਹੋ ਗਿਆ ਮੀਂਹ ਕਰਕੇ ਬੜਾ ਚੱਕੜ ਚੁੱਲੇ ਵਾਲਾ ਜੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਗਿਆ ਪਿਛਲੇ 24 ਘੰਟਿਆਂ ਦੇ ਵਿੱਚ ਜਲੰਧਰ ਦੇ ਵਿੱਚ ਵੀ ਜਦੋਂ ਅਸੀਂ ਇਹਨਾਂ ਖਬਰਾਂ ਦੀ ਇਸ ਪ੍ਰੋਗਰਾਮ ਦੀ ਸਾਂਝ ਪਾ ਰਹੇ ਹਾਂ ਤਾਂ ਕਿਣ 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 ਪਿਛਲੇ ਕਈ ਘੰਟਿਆਂ ਤੋਂ ਹੋਈ ਜਾਂਦੀ ਹੈ ਤੇ ਪੂਰਾ ਹਨੇਰਾ ਹੋਇਆ ਹੋਇਆ ਦਿਨ ਵੇਲੇ ਵੀ ਇੰੋਂ ਲੱਗਦਾ ਵੀ ਪਾਈ ਅਸੀਂ ਮਨਾਲੀ 'ਚ ਬੈਠੇ ਆਂ ਜੀ ਇੰੋਂ ਲੱਗਦਾ ਅਸੀਂ ਸ਼ਿਮਲੇ 'ਚ ਬੈਠੇ ਆਂ ਕਦੇ ਕਦੇ ਲੱਗਦਾ ਸੀ ਡਲਹੌਜ਼ੀ 'ਚ ਬੈਠੇ ਆਂ ਹਮ ਸਵੇਰ ਦੇ ਵੇਲੇ 10 ਵਜੇ ਰਾਤ ਦੇ 7 ਵਜੇ ਵਾਲਾ ਚਲਘਾਰਾ ਪਵੇ ਹੂੰ ਤੇ ਮੈਂ ਕਿਹਾ ਵੀ ਮਨਾ ਗੱਲ ਕੀ ਬਣ ਗਈ ਹਾਂ ਪਰ ਚਾਰੇ ਪਾਸੇ ਗੱਲ ਬਣੀ ਪਈ ਸੀ ਇਹਦੇ ਕਰਕੇ ਇੱਕ ਫਾਇਦਾ ਵੀ ਹੋਇਆ ਕਿਉਂਕਿ ਜਿਹੜੀ ਧੁੰਦ ਤੇ ਧੂਏ ਦੀ ਚਾਦਰ ਜੀ ਪਸਰੀ ਪਈ ਆ ਜਿਹਦੇ ਕਰਕੇ ਸੁੱਕੀ ਖੰਗ ਲੱਗੀ ਸੀ ਜਿਵੇਂ ਕਿ ਤੁਹਾਨੂੰ ਜੀ ਉਹਦੇ ਤੋਂ ਹੁਣ ਛਟਕਾਰਾ ਮਿਲਣ ਦੀ ਸੰਭਾਵਨਾ ਕੋਕਾ ਵਾਤਾਵਰਨ ਇੱਕ ਵਾਰ ਸਾਫ਼ ਜਾ ਹੋ ਜਾਣਾ ਬਿਲਕੁਲ ਪਧਰਾ ਜਾ ਹੋ ਜਾਣਾ ਤੇ ਬਾਕੀ ਸਮਾਂ ਦੱਸੋ ਬਣਦਾ ਕੀ ਆ ਠੰਡ ਹੋਰ ਗੂੜੀ ਹੋ ਜਾਣੀ ਆ ਹੂੰ ਹੁਣ ਨਾ ਹੋਈ ਤਾਂ ਕਦੋਂ ਹੋਣੀ ਆ ਸਹੀ ਗੱਲ ਨਵੰਬਰ ਦਾ ਅੱਧਾ ਆ ਗਿਆ ਹੈ ਨਾ ਤੇ ਹਾਲੇ ਵੀ ਜੇ ਠੰਡ ਨਾ ਹੋਈ ਤਾਂ ਫਿਰ ਕਦੋਂ ਹੋਊਗੀ ਖੈਰ ਆਪਾਂ ਮੌਸਮ ਦੀ ਹਾਲ ਬਿਆਨੀ ਕਰਦੇ ਹੁਣ ਚਾਹੀਦਾ ਵਿਚਾਰ ਦੀ ਸਾਂਝ ਪਾਈ ਗੌਰ ਨਾਲ ਸੁਣਿਓ ਚਾਚਾ ਦਾ ਵਿਚਾਰ ਕਿ ਉਚਾਈ ਸੇ ਗਿਰਨੇ ਦਾ ਮਤਲਬ ਸਦਾਇਕਾ ਪਤਨ ਨਹੀਂ ਹਾਏ ਹਾਏ ਕੀ ਕਹਤਾਈ ਬਾਅਦ ਚ ਪੰਜਾਬੀ ਕੋਈ ਦਸੂਗਾ ਅੱਛਾ ਅੱਛਾ ਉਚਾਈ ਸੇ ਗਿਰਨੇ ਦਾ ਮਤਲਬ ਸਦਾਇਕਾ ਪਤਨ ਨਹੀਂ ਹਾਂ ਨਦੀ ਪਹਾੜਾਂ ਤੋਂ ਸੇ ਗਿਰ ਕੇ ਸਾਗਰ ਬਣ ਜਾਂਦੀ ਹੈ। ਕੀ ਬਾਤ ਅਕੀਬਿਆ ਲੈਣਾ ਵੀ ਸਮਝ ਆ ਗਈਆਂ? ਉਹ ਮਤਲਬ ਪਹਿਲਾਂ ਵੀ ਸਮਝਾਉਣਾ ਮੈਂ। ਅੱਛਾ ਜੀ। ਭਈ ਜੇ ਤੁਸੀਂ ਉੱਚੀ ਥਾਂ ਤੋਂ ਡਿੱਗਦੇ ਆਂ ਜਾਂ ਤੁਸੀਂ ਪੁੰਜੇ ਡਿੱਗ ਪੈਨੇ ਦਾ ਮਤਲਬ ਇਹਦੇ ਤੁਸੀਂ ਖਤਮ ਹੋਗੇ। ਆਹਾ। ਤੁਹਾਡਾ ਪਤਨ ਹੋ ਗਿਆ। ਹਾਂ। ਤੁਸੀਂ ਫਿਨਿਸ਼ ਹੋਗੇ। ਇਦਾਂ ਦੀ ਗੱਲ ਨਹੀਂ। ਨਦੀ ਉਚਾਈ ਤੋਂ ਡਿੱਗਦੀ ਹੈ। ਪਹਾੜ ਤਾਂ ਡਿੱਗਦੀ ਹੈ। ਤੇ ਸਾਗਰ ਬਣ ਜਾਂਦੀ ਹੈ। ਬਿਲਕੁਲ ਸਹੀ। ਗੱਲ ਇਹ ਆ। ਹਾਂ। ਕਈ ਵਾਰੀ ਤੁਸੀਂ ਡਿੱਗ ਡਿੱਕੇ ਜਦੋਂ ਉੱਠਦੇ ਆਂ ਨਾ ਤੇ ਗੱਲਾਂ ਬਾਤਾਂ ਫਿਰ ਹੁੰਦੀਆਂ ਕਮਾਲਾਂ ਫਿਰ ਹੁੰਦੀਆਂ ਤੁਹਾਨੂੰ ਪਤਾ ਹੀ ਚੱਣਾ ਸਭ ਜੋ ਨਿੱਕੇ ਹੁੰਦੇ ਸੀ ਤੇ ਆਪਾਂ ਕਿਤੇ ਡਿਗ ਪੈਣਾ ਤੇ ਅਕਸਰ ਮਾਂ ਕੀ ਕਹਿੰਦੀ ਸੀ ਵੀ ਆਟਾ ਡੁੱਲ ਗਿਆ ਕੀੜੀ ਦਾ ਆਟਾ ਡੁੱਲ ਗਿਆ ਹਨਾ ਜਾਂ ਡਿਗ ਡਿਗ ਕੇ ਸ਼ੇਰ ਸਵਾਰ ਹੁੰਦੇ ਨੇ ਕੋਈ ਨਹੀਂ ਸ਼ੇਰਾਂ ਦੇ ਨਿਆਣੇ ਡਿਗਦੇ ਹੀ ਰਹਿੰਦੇ ਨੇ ਕੋਈ ਚੱਕਰ ਨਹੀਂ ਹਨਾ ਤੇ ਉਹ ਵੀ ਤਾਂ ਇੱਕ ਹੌਸਲਾ ਦੇਣ ਦਾ ਤਰੀਕਾ ਸੀ ਨਾ ਵੀ ਡਿਗ ਡਿਗ ਕੇ ਹੀ ਸ਼ਾਹ ਸਵਾਰ ਹੁੰਦੇ ਨੇ ਸੋ ਇਸ ਲਈ ਜੇ ਡਿਗ ਗਏ ਹੋ ਤੇ ਤਾਂ ਮਤਲਬ ਇਹ ਨਹੀਂ ਹੈ ਕਿ ਤੁਸੀਂ ਖਤਮ ਹੋ ਗਏ ਹੋ ਕੋਸ਼ਿਸ਼ ਕਰਦੇ ਰਹੋ ਡਿਗ ਕੇ ਹੀ ਬੰਦਾ ਖੜਾ ਹੁੰਦਾ ਹੈ ਤੁਸੀਂ ਨਾ ਕਦੇ ਭਾਵਨਾ ਨੂੰ ਸਮਝ ਕੇ ਦੇਖੋ ਜਦੋਂ ਮਾਂ ਡਿਗੇ ਹੋਏ ਧੀ ਪੁੱਤ ਹੂੰ ਰੋਣਾ ਮੇਰੀ ਧੀਏ ਉਹ ਦੇਖ ਕੀੜੀ ਦਾ ਆਟਾ ਡੁੱਲ ਗਿਆ ਜੀ ਤੇ ਫਿਰ ਧਿਆਨ ਉਧਰ ਚਲਾ ਜਾਂਦਾ ਸੀਗਾ ਵੀ ਮੇਰੇ ਨਾਲੋਂ ਵੱਡਾ ਦੁੱਖ ਤਾਂ ਉਹਦਾ ਹਾਂ ਸਾਡਾ ਧਿਆਨ ਕੀੜੀ ਦੇ ਵੱਲ ਚਲਾ ਜਾਣਾ ਉਹਦਾ ਕਿਹੜਾ ਆਟਾ ਲੱਭਦਾ ਸੀ ਵੀ ਜਾਂ ਉਹ ਬੋਰਾ ਭਰ ਕੇ ਚੱਕੀ ਜਾਨੀ ਜਾਂ ਪ੍ਰਾਂਤ ਲੈ ਕੇ ਚੱਕੀ ਜਾਂਦੀ ਸੀ ਪਰ ਧਿਆਨ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਸੀਗੀ ਤੇ ਜਦੋਂ ਸਾਡਾ ਧਿਆਨ ਕੀੜੀ ਦੇ ਵੱਲ ਚਲਾ ਜਾਣਾ ਤੇ ਆਪਦਾ ਦੁੱਖ ਛੋਟਾ ਲੱਗਣ ਲੱਗ ਜਾਣਾ ਇਉਂ ਹੀ ਹੁੰਦਾ ਜ਼ਿੰਦਗੀ ਦੇ ਵਿੱਚ ਆਪਾਂ ਇਹਨਾਂ ਗੱਲਾਂ ਦੀ ਗੰਭੀਰਤਾ ਨੂੰ ਸਮਝਦੇ ਨਹੀਂ ਹਾਂ ਇੱਕ ਦੁੱਖ ਦੇ ਵੱਲੋਂ ਜੇਕਰ ਧਿਆਨ ਵੰਡਾਰਤਾ ਜਾਵੇ ਨਾ ਤੇ ਫਿਰ ਇਉਂ ਲੱਗਦਾ ਵੀ ਮੇਰੇ ਵਾਲਾ ਠੀਕ ਆ। ਬਿਲਕੁਲ। ਕੋਈ ਗੱਲ ਨਹੀਂ ਇੰਨਾ ਕੁ ਤਾਂ ਚੱਲ ਲਈਦਾ। ਫਿਰ ਇਉਂ ਮਹਿਸੂਸ ਹੁੰਦਾ। ਬਿਲਕੁਲ ਸਹੀ ਕਿਹਾ ਤੁਸੀਂ। ਇਸ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹੋ। ਤੁਸੀਂ ਜ਼ਰੂਰ ਜਿੱਤ ਹਾਸਲ ਕਰੋਗੇ। ਹੁਣ ਮੇਰੇ ਵਾਲਾ ਚਾਇੰਡਰ ਚਾਰ। ਚਾਨਾ ਸਾਹਿਬ ਇਹ ਵੀ ਬਚਪਨੇ ਨਾਲ ਜੁੜਿਆ ਹੋਇਆ। ਹਾਂ। ਤੇ ਮੈਨੂੰ ਪੂਰੀ ਉਮੀਦ ਹੈ ਕਿ ਹਰ ਕਿਸੇ ਨੇ ਛੋਟੇ ਹੁੰਦਿਆਂ ਨੇ ਇਹ ਗੱਲ ਜ਼ਰੂਰ ਸੋਚੀ ਹੋएगी ਇਹ ਵਿਚਾਰ ਜ਼ਰੂਰ ਮੰਨ ਚਾਏ ਹੋਣਗੇ। ਕਹਿੰਦੇ ਕਿ بڑے ਹੋਣਗੇ ਤਾਂ ਜੀئیںਗੇ ਜ਼ਿੰਦਗੀ ਆਪਣੇ ਹਿਸਾਬ ਸੇ। ਅੱਛਾ। بڑے ਹੋਣਗੇ। ਤੋ ਜੀਏਗੇ ਜ਼ਿੰਦਗੀ ਆਪਣੇ ਹਿਸਾਬ ਸੇ ਬਚਪਨ ਕੇ ਇਸ ਖਿਆਲ ਪਰ ਅਬ ਬੜੀ ਹਸੀ ਆਤੀ ਹੈ ਵਾਹ ਵਾਹ ਬਹੁਤ ਖੂਬ ਵਾਹ ਸ਼ੁਕਰੀਆ ਇਹ ਅਸਲ ਦੇ ਵਿੱਚ ਬਚਪਨ ਆਉਂਦਾ ਨਹੀਂ ਹਮ ਤੇ ਆ ਵੇਲਾ ਜਾਂਦਾ ਨਹੀਂ ਹਾਂ ਉਹ ਵੇਲਾ ਆ ਜੇ ਤੇ ਇਹ ਚਲਾ ਜਾਵੇ ਗੱਲ ਫੇਰ ਬਣਦੀ ਨਿੱਕੇ ਹੁੰਦੇ ਹਮੇਸ਼ਾ ਇਹ ਲੱਗਦਾ ਸੀ ਕਿ ਆ ਵੇਲਾ ਆ ਜਾਵੇ ਤੇ ਗੱਲ ਤਾਂ ਬਣੂਗੀ ਪਰ ਹੁਣ ਇੱਥੇ ਆ ਕੇ ਇਹ ਜਾਣਿਆ ਵੀ ਨਹੀਂ ਉਹ ਵੇਲਾ ਚੰਗਾ ਸੀ ਗੱਲ ਉਦੋਂ ਹੀ ਬਣਦੀ ਸੀ ਹਮ ਹੈਨਾ ਸਹੀ ਗੱਲ ਹੈ ਉਦੋਂ ਸਾਰੀਆਂ ਚੀਜ਼ਾਂ ਸਾਰੀਆਂ ਗੱਲਾਂ ਮੰਨੀਆਂ ਜਾਂਦੀਆਂ ਸੀ ਕੋਈ ਚਿੰਤਾ ਨਹੀਂ ਸੀ ਕੋਈ ਚਿੰਤਾ ਨਹੀਂ ਸੀ ਘਰ ਦੇ ਕਿੱਥੋਂ ਨੋਟ ਲੈ ਕੇ ਆਉਂਦੇ ਆ ਕਿਵੇਂ ਕੰਮ ਕਾਜ ਕਰਦੇ ਆ ਸਾਨੂੰ ਤਾਂ ਇਹ ਪਤਾ ਸੀ ਵੀ ਸਾਡਾ ਖਡਾਉਣਾ ਕਿੱਥੇ ਆ ਹੂੰ ਸਾਡੀ ਪੈਨਸਲ ਕਿੱਥੇ ਆ ਸਾਡੀ ਗੇਂਦ ਕਿੱਥੇ ਆ ਸਾਡਾ ਵਾਜਾ ਕਿੱਥੇ ਆ ਸਾਡੀ ਸੀਟੀ ਕਿੱਥੇ ਆ ਸਾਡੀ ਬੂਟ ਕਿੱਥੇ ਆ ਸਾਡੀ ਵਰਦੀ ਕਿੱਥੇ ਆ ਸਿਰਫ ਇੰਨਾ ਪਤਾ ਹੁੰਦਾ ਸੀ ਜੀ ਤੇ ਹੁਣ ਤਾਂ ਖੁਸ਼ੀਆਂ ਹੀ ਲੁੱਟੀਆਂ ਗਈਆਂ ਰੁਪਈਏ ਭਾਵੇਂ ਕੋਲੇ ਆ ਵੀ ਜਾਣ ਪਰ ਉਹ ਖੁਸ਼ੀਆਂ ਨਹੀਂ ਉਹਨਾਂ ਜਿਹੜੀਆਂ ਮਨ ਦੇ ਵਿੱਚ ਪਹਿਲਾਂ ਪਹਿਲਾਂ ਪਾਉਂਦਾਂ ਸੀ ਉਹ ਸਵਾਦ ਨਹੀਂ ਮੇਰੇ ਪਾਪਾ ਹਮੇਸ਼ਾ ਕਹਿੰਦੇ ਹੁੰਦੇ ਐ ਟਾਣਾ ਸਾਹਿਬ ਕਿ ਬਾਪੂ ਬਾਪੂ ਕਹਿੰਦੇ ਸੀ ਬੜੇ ਸਖਾਲੇ ਰਹਿੰਦੇ ਸੀ ਬਾਪੂ ਬਾਪੂ ਅਖਵਾਇਆ ਡਾਡਾ ਹੀ ਦੁੱਖ ਪਾਇਆ ਕਿ ਜਦੋਂ ਬਾਪੂ ਬਾਪੂ ਕਹਿੰਦੇ ਸੀ ਨਾ ਉਦੋਂ ਕੋਈ ਚਿੰਤਾ ਨਹੀਂ ਸੀ ਉਹਨੂੰ ਕਹਿਣਾ ਫੱਟ ਕੇ ਪੈਸੇ ਦੋ ਮੈਂ ਲੈ ਕੇ ਆਉਣਾ ਪੈਸੇ ਦੋ ਮੈਂ ਆ ਲੈ ਕੇ ਆਉਣਾ ਕਹਿੰਦੀ ਸੀ ਸੋਚਿਆ ਕਿ ਬਾਪੂ ਪੈਸੇ ਕਿੱਥੋਂ ਲੈ ਕੇ ਆਉਂਦਾ ਪਰ ਜਦੋਂ ਹੁਣ ਆਪ ਬਾਪ ਬਣੇ ਪਤਾ ਲੱਗਿਆ ਦੁਨੀਆਦਾਰੀ ਕੀ ਹੈ ਪਤਾ ਲੱਗਿਆ ਖਰਚੇ ਕਿਵੇਂ ਹੁੰਦੇ ਨੇ ਪਤਾ ਲੱਗਿਆ ਕਿ ਦੁਨੀਆ ਦੇ ਵਿੱਚ ਵਿਚਰਨਾ ਕਿਵੇਂ ਹੈ ਤਾਂ ਹੁਣ ਲੱਗਦਾ ਕਿ ਨਹੀਂ ਇਹ ਕਾ ਮੋਖ ਹੈ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਤਾਨਾ ਸਾਹਿਬ ਹੁਣ ਪੰਜਾਬ ਦੀ ਕੋਈ ਸਿਆਸਤ ਦੀ ਗੱਲ ਵੀ ਸੁਣਾ ਦਿਓ ਕਿਹੜੀ ਸਿਆਸਤ ਦੀ ਗੱਲ ਕੀ ਹੋਜੀ ਗੱਲ ਸੁਣਨੀ ਚਾਹੁੰਦੇ ਪਹਿਲਾਂ ਇਹ ਦੱਸੋ ਕਿਹੋ ਜੀ ਤੋਂ ਕੀ ਭਾਵ ਹੈ ਮਤਲਬ ਕੋਈ ਰੰਗ ਤਮਾਸ਼ੇ ਵਾਲੀ ਕੋਈ ਗੰਭੀਰਤਾ ਵਾਲੀ ਕੋਈ ਨਿਹੋਰੇ ਵਾਲੀ ਕਿਹੋ ਜੀ ਗੱਲ ਚਾਹੁੰਦੇ ਆ ਗੰਭੀਰਤਾ ਵਾਲੀ ਤਾਂ ਕੋਈ ਗੱਲ ਹੋ ਨਹੀਂ ਰਹੀ ਪੰਜਾਬ ਦੀ ਸਿਆਸਤ ਚ ਨਿਹੋਰੇ ਵਾਲੀ ਜ਼ਰੂਰ ਹੋ ਰਹੀ ਹੈ ਰੰਗ ਤਮਾਸ਼ੇ ਵਾਲੀ ਜ਼ਰੂਰ ਹੋ ਰਹੀ ਹੈ ਇਹ ਹੀ ਦੋਵੇਂ ਸੁਣਾ ਦਿਓ ਦੇਖੋ ਇੱਕ ਪਾਸੇ ਤਾਂ ਭਗਵੰਤ ਮਾਨ ਸਾਹਿਬ ਦੇ ਉੱਤੇ ਸ਼ਬਦਕਵਾਰ ਕੀਤਾ ਰਾਜਾ ਬੜਿੰਗ ਨੇ ਉਹ ਕਹਿੰਦੇ ਜੀ ਤੁਹਾਡੇ ਨਵੇਂ ਏ ਜੀ ਯਾਨਕਿ ਐਡਵੋਕੇਟ ਜਰਨਲ ਸਾਹਿਬ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹਿਤੀ ਹੈ ਕਿ ਝੋਨੇ ਦੇ ਉੱਤੇ ਐਮਐਸਪੀ ਰੈਣੀ ਬੰਦ ਕੀਤੀ ਜਾਵੇ ਤੇ ਫੇਰ ਪਤਾ ਲੱਗੂਗਾ ਪ੍ਰਾਲੀ ਦੇ ਮਾਮਲੇ ਦੇ ਵਿੱਚ ਹੂੰ ਤੇ ਉਦੋਂ ਭਗਵੰਤ ਮਾਨ ਨੇ ਗੱਲ ਕਹੀ ਵੀ ਧਿਆਨ ਨਾਲ ਚਿੱਠੀ ਪੜ੍ਹਨੀ ਸ਼ੁਰੂ ਕਰੋ ਇਹਦੇ ਉੱਤੇ ਸੀ ਇਹ ਲਿਖਿਆ ਵੀ ਜਿਵੇਂ ਝੋਨੇ ਦੇ ਉੱਤੇ ਐਮਐਸਪੀ ਮਿਲਦੀ ਆ ਬਾਕੀ ਫਸਲਾਂ ਦੇ ਉੱਤੇ ਵੀ ਐਵੇਂ ਮਿਲਣੀ ਚਾਹੀਦੀ ਆ ਤੇ ਨਾਲ ਹੀ ਫਿਰ ਭਗਵੰਤ ਮਾਨ ਨੇ ਗੱਲ ਕਹੀ ਆ ਵੀ ਕਾਲੀਆਂ ਨੇ ਡੋਬਲੀ ਕਾਂਗਰਸ ਅੱਛਾ ਤੇ ਰਾਜਾ ਆਪਣੇ ਕਿੰਨੇ ਗੱਲ ਕਹੀ ਵੀ ਤੁਸੀਂ ਤੱਕਲੇ ਗੱਲਾਂ ਦਾ ਖੱਟੇ ਹੀ ਖਾਨੇ ਆ ਉੱਥੇ ਬੋਰਡ ਲਾਤਾ ਉੱਥੇ ਪੱਟਾ ਲਾਤਾ ਉਹਨੂੰ ਗਾਲ ਕੱਢਤੀ ਉਹਨੂੰ ਮਾੜਾ ਕਹਤਾ ਬਹਿਸ ਕਰ ਲਈ ਆਪੇ ਹੀ ਕਰ ਲਈ ਉਹ ਕਹਿੰਦੇ ਵੀ ਤੁਸੀਂ ਕੀ ਆ ਹੂੰ ਹੈ ਕੀ ਤੁਹਾਡੇ ਕੋਲੇ ਤੁਸੀਂ ਖਾਲੀ ਭਾਂਡੇ ਨੂੰ ਖੜਕੀ ਜਾਨੇ ਆ ਇੱਕ ਦੂਜੇ ਦੇ ਬਾਬਤ ਇਦਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਪਰ ਮਸਲਾ ਉੱਥੇ ਦਾ ਉੱਥੇ ਮਸਲਾ ਤਾਂ ਸ਼ੁਰੂ ਤੋਂ ਹੀ ਉੱਥੇ ਦਾ ਉੱਥੇ ਹੈ ਜਾਨਾ ਸਾਹਿਬ ਲੋਕਾਂ ਦਾ ਵੀ ਹੁਣ ਧਿਆਨ ਨਾ ਇਹਨਾਂ ਗੱਲਾਂ ਵੱਲ ਨੂੰ ਹੋਣਾ ਬੰਦ ਹੋ ਗਿਆ ਉਹ ਕਹਿੰਦੇ ਇਹ ਤਾਂ ਲੱਗੇ ਹੀ ਰਹਿੰਦੇ ਨੇ ਇੱਕ ਦੂਜੇ ਨੂੰ ਮਾੜਾ ਚੰਗਾ ਕਹਿੰਦੇ ਹੀ ਰਹਿੰਦੇ ਨੇ ਪਰ ਹਾਂ ਲੋਕਾਂ ਦੇ ਹੱਕ ਦੀ ਗੱਲ ਲੋਕਾਂ ਦੇ ਵੱਲ ਦੀ ਗੱਲ ਜਿਹੜੀ ਹੈ ਉਹ ਘਟ ਹੋ ਰਹੀ ਹੈ ਸੋ ਲੋਕ ਵੀ ਹੁਣ ਬੜਾ ਧਿਆਨ ਨਹੀਂ ਦੇ ਰਹੇ ਇਹਨਾਂ ਦੀਆਂ ਗੱਲਾਂ ਦੇ ਵੱਲ ਨੂੰ ਬਿਲਕੁਲ ਤੇ ਇੱਕ ਬੇਨਤੀ ਜ਼ਰੂਰ ਹੈਗੀ ਹੱਥ ਜੋੜ ਕੇ ਜਿਨਨੇ ਵੀ ਪਾਰਟੀਆਂ ਦੇ ਵਿਧਾਇਕਾ ਜਿਨ ਵੀਰ ਅਬਦਾ ਵਾਸਤਾ ਤੁਸੀਂ ਨਾ ਲੋਕਾਂ ਦੇ ਲਈ ਇੰਨੇ ਕ ਚੰਗੇ ਕੰਮ ਕਰੋ ਵੀ ਤੁਹਾਡੇ ਮੂਹਰੇ ਆ ਕੇ ਕੋਈ ਲੱਖ ਵਾਰ ਕਵੇ ਉਹਨੇ ਕੱਖ ਨਹੀਂ ਕੀਤਾ ਹੂੰ ਲੋਕ ਇਹ ਗੱਲ ਕਦਨੇ ਕੀਤਾ ਲੋਕ ਤੁਹਾਡੇ ਲਈ ਆਪ ਮੁਹਾਰੇ ਲੜਨ ਵੀ ਯਾਰ ਤੁਸੀਂ ਸਾਡੇ ਵਾਲੇ ਬੰਦੇ ਨੂੰ ਕਿਵੇਂ ਕਹਿੰਦੇ ਵੀ ਪਾਈ ਨੇ ਕੰਮ ਨਹੀਂ ਕੀਤਾ ਇਹਨੇ ਕੰਮ ਕਰਕੇ ਦਿਖਾਇਆ ਜੀ ਹੁਣ ਹਾਲਾਤ ਕੀ ਆ ਨੇਤਾ ਕਹਿੰਦੇ ਅਸੀਂ ਤੁਹਾਡੇ ਲਈ ਕੰਮ ਕੀਤਾ ਲੋਕ ਕਹਿੰਦੇ ਕਦੋਂ ਕੀਤਾ ਉਹ ਕਹਿੰਦੇ ਯਾਰ ਕੀਤਾ ਹਾਂ ਉਹਨੇ ਕਦੋਂ ਕੀਤਾ ਉਹਨੇ ਕੀਤਾ ਨਹੀਂ ਕੀਤਾ ਜੀ ਹੁਣ ਆਹ ਹਾਲਾਤ ਆ ਬਿਲਕੁਲ ਇਹਨੂੰ ਪੁੱਠਾ ਮੋੜਾ ਦੇ ਦਿਓ ਹਮ ਲੋਕ ਇਹ ਕਹਿੰਦੇ ਤੁਸੀਂ ਕੰਮ ਕੀਤਾ ਸ਼੍ਰੀ ਕੇ ਜਕਰ ਤੁਹਾਡੇ ਬਾਰੇ ਇਹ ਗੱਲ ਕਹਿਣ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਲੋਕ ਉਹਨਾਂ ਸ਼੍ਰੀਕਾਂ ਨੂੰ ਪੈ ਨਿਕਲ ਵੀ ਯਾਰ ਤੁਸੀਂ ਗਲਤ ਗੱਲ ਕਰਦੇ ਹੋ ਹੀਰਾ ਬੰਦਾ ਚੁਣਿਆ ਯਾਰ ਅਸੀਂ ਇਹਦੇ ਵਰਗਾ ਬੰਦਾ ਕਦੇ ਮਿਲਿਆ ਨਹੀਂ ਸੀ ਕੁਛ ਐਸਾ ਕਰਕੇ ਦਿਖਾਓ ਦੇਖੋ ਟਾਣਾ ਸਾਹਿਬ ਤੁਹਾਨੂੰ ਯਾਦ ਹੋਊਗਾ ਜਦੋਂ ਵਿਧਾਨ ਸਭਾ ਚੋਣਾਂ ਸੀ ਪੰਜਾਬ ਦੇ ਵਿੱਚ ਆਪਾਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਕੰਮ ਇਹੋ ਜੇ ਕਰੋਗੇ ਤੁਹਾਨੂੰ ਹੋਲਡਿੰਗ ਲਾਉਣ ਦੀ ਲੋੜ ਨਾ ਪਵੇ ਤੁਹਾਨੂੰ ਆਪ ਪ੍ਰਚਾਰ ਕਰਨ ਦੀ ਲੋੜ ਨਾ ਪਵੇ ਲੋਕ ਤੁਹਾਡੇ ਲਈ ਪ੍ਰਚਾਰ ਕਰਨ ਲੋਕ ਦਸਣ ਜਾ ਕੇ ਆਲੇ ਦੁਆਲੇ ਕਿ ਤੁਹਾਨੂੰ ਪਤਾ ਹੈ ਆ ਆ ਕੋ ਸਰਕਾਰ ਨੇ ਆਪਣੇ ਲਈ ਕੀਤਾ ਲੋਕਾਂ ਦੇ ਵਿੱਚ ਇਹ ਚਰਚਾ ਹੋਵੇ ਵੀ ਵੇਖੋ ਸਰਕਾਰ ਨੇ ਸਾਡੇ ਲਈ ਕਿੰਨੇ ਕੰਮ ਕਰ ਦਿੱਤੇ ਤੇ ਹੁਣ ਆਪਾਂ ਦੁਬਾਰਾ ਇਹਨਾਂ ਨੂੰ ਹੀ ਚੁਣਨਾ ਹੈ ਨਾ ਇਹ ਥਾਂ ਥਾਂ ਆਪ ਪ੍ਰਚਾਰ ਕਰਕੇ ਇੰਨਾ ਪੈਸਾ ਜਿਹੜਾ ਉਹ ਗਵਾ ਕੇ ਤੇ ਕੁਛ ਨਹੀਂ ਹਾਸਲ ਹੁੰਦਾ ਸੋ ਹੁਣ ਵੀ ਕਸਬਾ ਚੋਣਾ ਜਿਹੜੀਆਂ ਸਿਰ ਦੇ ਉੱਤੇ ਨੇ ਹੁਣ ਤੁਸੀਂ ਦੇਖੋ ਪ੍ਰਾਲੀ ਵਾਲਾ ਮੁੱਦਾ ਪ੍ਰਾਲੀ ਵਾਲਾ ਮੁੱਦਾ ਕਿੰਨਾ ਗੰਭੀਰ ਆ ਜੀ ਇਹਦੇ ਬਾਰੇ ਕੋਈ ਮੰਨ ਕੇ ਤਾਂ ਰਾਜ਼ੀ ਬਸੇ ਹੈ ਹੀ ਨਹੀਂ ਵੀ ਭਾਈ ਅਸੀਂ ਵੀ ਗਲਤ ਆ ਕਿਸਾਨ ਕਹਿੰਦਾ ਅਸੀਂ ਨਹੀਂ ਗਲਤ ਇਹ ਪੱਠਿਆਂ ਵਾਲੇ ਗਲਤ ਆ ਪੱਠਿਆਂ ਵਾਲੇ ਕਹਿੰਦੇ ਅਸੀਂ ਨਹੀਂ ਗਲਤ ਇਹ ਤਾਂ ਜੀ ਵਹੀਕਲਾਂ ਵਾਲੇ ਗਲਤ ਆ ਉਹ ਕਹਿੰਦੇ ਵੀ ਅਸੀਂ ਕਿੱਦੋਂ ਗਲਤ ਇਹ ਤਾਂ ਜੀ ਫੈਕਟਰੀਆਂ ਵਾਲੇ ਗਲਤ ਆ ਸਾਰੇ ਮਿਲ ਕੇ ਕਹਿੰਦੇ ਸਰਕਾਰ ਗਲਤ ਆ ਤੇ ਭਾਈ ਵਾਤਾਵਰਣ ਦਾ ਸਾਡਾ ਸਭ ਦਾ ਆਪਣਾ ਹੀ ਆ ਨਾ ਸਹੀ ਇਹ ਅਸੀਂ ਆਪ ਦੀ ਧਰਤੀ ਨੂੰ ਅੱਗ ਲਾ ਲਾ ਕੇ ਕੀ ਤੋਂ ਕੀ ਬਣਾਤਾ ਹੁਣ ਸਿਆਸਤ ਕਿਵੇਂ ਚੱਲਦੀ ਆ ਹਰਿਆਣੇ ਦੇ ਮੁੱਖ ਮੰਤਰੀ ਨੇ ਦਿੱਲੀ ਵਾਲੇ ਨੂੰ ਕਿਹਾ ਵੀ ਭਾਈ ਤੁਹਾਡੇ ਕਰਕੇ ਪੰਜਾਬ ਦੇ ਵਿੱਚ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਲੋਕਾਂ ਦਾ ਸਾਹ ਲੈਣਾ ਦੁਬਾਰ ਹੋ ਗਿਆ ਹਰਿਆਣੇ ਦੇ ਵਿੱਚ ਸਾਹ ਲੈਣਾਂ ਦੁਬਾਰ ਹੋ ਗਿਆ ਹੂੰ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਹੀ ਕਰਦੇ ਹੋ ਤੁਹਾਡੇ ਵੀ ਤਾਂ ਅੱਗ ਲੱਗਦੀ ਆ ਯਾਰ ਅੱਗ ਕਿਤੇ ਵੀ ਲੱਗਦੀ ਆ ਕਿਤੇ ਘੱਟ ਲੱਗਦੀ ਆ ਕਿਤੇ ਵੱਧ ਲੱਗਦੀ ਆ ਪਰ ਅੱਗ ਤਾਂ ਅੱਗ ਆ ਨਾ ਆਪਾਂ ਅੱਗ ਨਾਲ ਖੇਡਣਾ ਬੰਦ ਕਰੀ ਗਏ ਸਹੀ ਆਪਾਂ ਅੱਗ ਲਾਉਣ ਵਾਲਿਆਂ ਦੇ ਹੱਕ ਦੇ ਵਿੱਚ ਨਾ ਖੜੀ ਗਏ ਆਪਣੇ ਨਾਲੋਂ ਤਾਂ ਉਹ ਚਿੜੀ ਚੰਗੀ ਆ ਜਿਹੜੀ ਕਿ ਚੁੰਜ ਦੇ ਵਿੱਚ ਪਾਣੀ ਲਿਆ ਕੇ ਤੇ ਜੰਗਲ ਦੀ ਅਗ ਦੇ ਉੱਤੇ ਪਾਉਂਦੀ ਸੀ ਹੂੰ ਤੇ ਕਹਿੰਦੀ ਸੀ ਵੀ ਮੈਨੂੰ ਪਤਾ ਮੇਰੇ ਕਰਕੇ ਬੁਝਣੀ ਨਹੀਂ ਪਰ ਮੈਂ ਚਾਹੁੰਨੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਮੇਰਾ ਵੀ ਨਾਂ ਆ ਜਾਏ ਆਪਣਾ ਨਾਂ ਕਿੱਥੇ ਆਊਗਾ ਬਿਲਕੁਲ ਸਹੀ ਹੈ ਗੱਲ ਤਾਂ ਇਹ ਹੈ ਕਿ ਹਰ ਕਿਸੇ ਦੇ ਉੱਪਰ ਉਂਗਲ ਚੁੱਕਣ ਤੋਂ ਪਹਿਲਾਂ ਅਸੀਂ ਆਪਣੇ ਆਪ ਵੱਲ ਦੇਖੀਏ ਕਿ ਮੈਂ ਆਪਣੀ ਜ਼ਿੰਮੇਵਾਰੀ ਕਿੰਨੀ ਕ ਨਭਾਈਆ ਕੀ ਮੈਂ ਕੂੜੇ ਨੂੰ ਅੱਗ ਲਾਉਣਾ ਕੀ ਮੈਂ ਆਲੇ ਦੁਆਲੇ ਗੰਦ ਵੇਖ ਕੇ ਉੱਥੇ ਥਿਲੀ ਲਾਉਣਾ ਕਿ ਮੈਂ ਪਟਾਕਿਆਂ ਦੇ ਉੱਪਰ ਜਿਹੜਾ ਪੈਸਾ ਵਿਅਰਥ ਕਰ ਰਿਹਾ ਉਹਦੇ ਨਾਲ ਧੂਮਾ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਸਾਰੀਆਂ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਸਾਨੂੰ ਵੱਡੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਕਿ ਖੇਤਾਂ ਦੇ ਵਿੱਚ ਅੱਗ ਲੱਗੀ ਮਾੜੀ ਚੀਜ਼ ਉਹ ਵੀ ਆ ਮੈਂ ਨਹੀਂ ਕਹਿੰਦੀ ਕਿ ਉਹ ਚੀਜ਼ਾਂ ਬਿਲਕੁਲ ਵਾਜਬ ਨਹੀਂ ਉਹ ਵਾਜਬ ਨਹੀਂ ਹੈ ਉਹ ਗਲਤ ਹੈ ਸਰਾਸਰ ਗਲਤ ਹੈ ਫੈਕਟਰੀਆਂ 'ਚ ਉਹ ਧੂਮਾ ਗੱਡੀਆਂ 'ਚ ਉਹ ਧੂਮਾ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਫਿਰ ਨਾੜ ਨੂੰ ਅੱਗ ਲਾਉਨੇ ਆ ਉਹਦਾ ਧੂਮਾ ਇਹ ਸਾਰਾ ਕੁਝ ਸਰਾਸਰ ਗਲਤ ਆ ਪਰ ਥੋੜਾ ਬਹੁਤ ਯੋਗਦਾਨ ਤਾਂ ਇਸ ਗਲਤੀ 'ਚ ਮੈਂ ਵੀ ਪਾ ਰਿਹਾ। ਬਿਲਕੁਲ ਸਹੀ। ਜਦ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਨਾ ਤਦ ਤੱਕ ਮਸਲਾ ਹੱਲ ਨਹੀਂ ਹੋਣਾ। ਜ਼ਿੰਮੇਵਾਰੀਆਂ ਦਾ ਪਾਲਣ ਕਰਗੇ, ਜ਼ਿੰਮੇਵਾਰੀਆਂ ਨੂੰ ਅਸੀਂ ਸਮਝ ਗਏ, ਅਸੀਂ ਫਰਜ਼ਾਂ ਦਾ ਪਾਲਣ ਕਰ ਗਏ ਤੇ ਹੱਕਾਂ ਦੀ ਗੱਲ ਤੁਰ ਪੈਂਦੀ ਹੈ। ਤੇ ਮੇਰੀ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ। ਆਪਾਂ ਇਹ ਗੱਲ ਕਹਿਣੀ ਬੰਦ ਕਰੀਏ ਵੀ ਡੀਸੀ ਦਫ਼ਤਰ ਦੇ ਮੂਹਰੇ ਜਾ ਕੇ ਅੱਗ ਲਾਈ। ਅੱਜ ਮੈਂ ਦੋ ਤਿੰਨ ਰਿਪੋਰਟਾਂ ਪੜ੍ਹੀਆਂ। ਅਖੇ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਮੂਹਰੇ ਪਰਾਲੀ ਨੂੰ ਅੱਗ ਲਾਈ। ਇਹ ਕੋਈ ਬਾੜੀ ਸਿਆਣਪ ਵਾਲੀ ਗੱਲ ਨਹੀਂ ਵੀ ਉਸ ਦਾ ਆਪਾਂ ਸਾਰੇ ਇਕੱਠੇ ਹੋ ਕੇ ਪਹਿਲਾਂ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਹੋ ਕੇ ਦਿਖਾਓ। ਹੂੰ। ਇੱਕ ਹੋਵੋ ਤਾਂ ਸਰਕਾਰ ਦੇ ਉੱਤੇ ਦਬਾਅ ਬਣੇ। ਸਹੀ। ਆਪਾਂ ਤਾਂ ਖਖੜੀਆਂ ਕਰੇਲੇ ਵਾਂਗੂ ਬਣੇ ਫਿਰਦੇ ਆਂ। ਚਾਰ ਜਥੇਬੰਦੀਆਂ ਇੱਧਰ ਆ, ਤਿੰਨ ਜਥੇਬੰਦੀਆਂ ਇੱਧਰ ਆ, ਛੇ ਜਥੇਬੰਦੀਆਂ ਉੱਧਰ ਆ। ਪਹਿਲਾਂ ਆਪਾਂ ਇਕੱਠੇ ਹੋ ਗਏ, ਫੇਰ ਸਰਕਾਰ ਦੇ ਉੱਤੇ ਦਬਾਅ ਬਣਾਏਗੇ। ਸਰਕਾਰ ਨੂੰ ਤਾਂ ਮੰਗਾਂ ਮੰਨਣੀਆਂ ਪੈਣਗੀਆਂ। ਹੂੰ। ਨਹੀਂ ਤਾਂ ਏਦਾਂ ਤਾਂ ਬਸ ਇਹ ਰੋਣ ਪਟਣ ਹੀ ਰਹਿ ਜਾਣਾ। ਵੀ ਉੱਥੇ ਅੱਗ ਲਾਤੀ, ਉਹਦੇ ਖਿਲਾਫ ਪ੍ਰਦਰਸ਼ਨ ਕਰਤਾ, ਉਹਦੇ ਅਸੀਂ ਦਫ਼ਤਰ ਨੂੰ ਘੇਰ ਲਿਆ। ਪਹਿਲਾਂ ਇਕੱਠੇ ਹੋ ਕੇ ਹਮਲਾਵ ਵਾਦੀ ਹਜ਼ਰਾ ਚੰਚੀ ਦਾ ਮਿਚਾ ਹਰਮਨਜੀ ਸਵੇਰ ਦਾ ਵੇਲਾ ਹੂੰ ਮੇਰਾ ਖਿਆਲ ਵੀ ਪੌਣੇ 5 ਵਜੇ ਦਾ ਅੱਛਾ ਜੀ ਇੱਕ ਔਰਤ ਜਾਂਦੀ ਆ ਬਠਿੰਡੇ ਦੇ ਵੱਲ ਮੰਦਿਰ ਦੇ ਵਿੱਚ ਮੱਥਾ ਟੇਕਣ ਦੇ ਲਈ ਚਲੋ ਸਭ ਦੀ ਆਸਥਾ ਦੀ ਕਦਰ ਕਰਦੇ ਆ ਉਸ ਔਰਤ ਨੂੰ ਜਾਣਾ ਵੀ ਚਾਹੀਦਾ ਉਹ ਗੁਰਦੁਆਰੇ ਜਾਂਦਾ ਕੋਈ ਮੰਦਿਰ ਕੋਈ ਮਸਜਿਦ ਕੋਈ ਕਿਤੇ ਵੀ ਜਾਂਦਾ ਜੀ ਉਹ ਔਰਤ ਜਦੋਂ ਜਾ ਰਹੀ ਆ ਤੇ ਰਾਹ ਦੇ ਵਿੱਚ ਉਹਦੇ ਪਿੱਛੇ ਦੋ ਜਣੇ ਆਉਂਦੇ ਆ ਹੂੰ ਹੂੰ ਮੋਟਰਸਾਈਕਲ ਤੋਂ ਇੱਕ ਜਣਾ ਉਤਰਦਾ ਉਸ ਔਰਤ ਦੇ ਪਿਛਲੇ ਪਾਸਿਓਂ ਆ ਕੇ ਜੱਫਾ ਪਾ ਲੈਂਦਾ ਅੱਛਾ ਉਹਨੂੰ ਸੁੱਟ ਲੈਂਦਾ ਸੜਕ ਦੇ ਉੱਤੇ ਦੂਜਾ ਜਿਹੜਾ ਮੋਟਰਸਾਈਕਲ ਦੇ ਉੱਤੇ ਬੈਠਾ ਉਹ ਅੱਗੇ ਮੋਟਰਸਾਈਕਲ ਲਾ ਲੈਂਦਾ ਉਹਦੇ ਕੰਨਾਂ ਦੇ ਵਿੱਚੋਂ ਵਾਲੀਆਂ ਖਿੱਚ ਲੈਂਦਾ ਇਦਾਂ ਤੇ ਫਿਰ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਭੱਜ ਜਾਂਦੇ ਆ ਇਹ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ ਤੇ ਇਸ ਵੀਡੀਓ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਆ ਵੀ ਅਮਨ ਕਾਨੂੰਨ ਦੀ ਸਥਿਤੀ ਕਿੱਥੇ ਆ ਅੱਜ ਲੁਟੇਰੇ ਕਿਵੇਂ ਦੰਦ ਲਾਉਂਦੇ ਫਿਰਦੇ ਆ ਅੱਜ ਦੇਖੋ ਕਿਵੇਂ ਲੁਟੇਰੇ ਕੀ ਕੁਛ ਕਰਨੇ ਫਿਰਦੇ ਆ ਪਰ ਬੇਨਤੀ ਸਿਰਫ ਇਹ ਆ ਬਈ ਸਾਰਿਆਂ ਦੇ ਰਾਜ ਦੇ ਵਿੱਚ ਆਹ ਕੁਝ ਹੁੰਦਾ ਰਿਹਾ ਸਹੀ ਹੁਣ ਵੀ ਉਹੋ ਕੁਝ ਹੀ ਹੋ ਰਿਹਾ ਹੁਣ ਵੀ ਮਾੜਾ ਇਹ ਪਹਿਲਾਂ ਵੀ ਮਾੜਾ ਸੀ ਇਹ ਇੱਕ ਦੂਜੇ ਦੇ ਉੱਤੇ ਗੱਲਾਂ ਦੇ ਨਾਲ ਵਾਰ ਕਰਨ ਦਾ ਵੇਲਾ ਨਹੀਂ ਪੰਜਾਬ ਦੇ ਵਿੱਚ ਪੁਲਿਸ ਤੋਂ ਡਰਨੋ ਕਿਉਂ ਬੰਦ ਹੋ ਗਏ ਆ ਹਮ ਪੰਜਾਬ ਦੇ ਵਿੱਚ ਕਾਨੂੰਨ ਦਾ ਡਰ ਕਿਉਂ ਘਟੀ ਜਾਂਦਾ ਹਮ ਪੰਜਾਬ ਦੇ ਵਿੱਚ ਇਹ ਸਾਰੀਆਂ ਸਥਿਤੀਆਂ ਕਿਉਂ ਪੈਦਾ ਹੋਈਆਂ ਗੌਰ ਸਿਰਫ ਇਹਦੇ ਵੱਲ ਕਰਨੀ ਬਣਦੀ ਆ ਤੁਹਾਡੇ ਰਾਜ ਚ ਐ ਹੋ ਗਿਆ ਤੁਹਾਡੇ ਰਾਜ ਚ ਐ ਹੋ ਗਿਆ ਤੁਹਾਡੇ ਰਾਜ ਚ ਐ ਹੋ ਗਿਆ ਜਦੋਂ ਤੁਹਾਡਾ ਰਾਜ ਸੀ ਉਦੋਂ ਹਣ ਵਾਲੇ ਕਹਿੰਦੇ ਸੀ ਤੁਹਾਡੇ ਰਾਜ ਚ ਐ ਹੋ ਗਿਆ ਤੁਹਾਡੇ ਰਾਜ ਚ ਐ ਹੋ ਗਿਆ ਕੰਨਾਂ ਨੂੰ ਪੱਟੀ ਜਾਂਦੇ ਆ ਗਲਾਂ ਦੇ ਵਿੱਚੋਂ ਹਾਰ ਲਾਏ ਜਾ ਰਹੇ ਚੀਨੀਆਂ ਲਾਈਆਂ ਜਾ ਰਹੀਆਂ ਮੋਟਰਸਾਈਕਲ ਖੋਹੇ ਜਾ ਰਹੇ ਆ ਮੋਬਾਈਲ ਖੋਹੇ ਜਾ ਰਹੇ ਆ ਕੁੜੀਆਂ ਦੇ ਕੰਨਾਂ ਨੂੰ ਹੱਥ ਪਾਏ ਜਾ ਰਹੇ ਆ ਵੀ ਕੁਝ ਨਾ ਕੁਝ ਸੋਚ ਗਿਆ ਯਾਰ ਸਾਡਾ ਸਮਾਜ ਕਿਹੜੇ ਪਾਸੇ ਨੂੰ ਉਤਰ ਪਿਆ ਟਾਣਾ ਸਾਹਿਬ ਮੈਂ ਤੁਹਾਨੂੰ ਤਿੰਨ ਉਦਾਹਰਨਾਂ ਦੇ ਸਕਦੀ ਆ ਔਰ ਇਸ 100% ਦੀ ਸਹੀ ਉਦਾਹਰਨਾਂ ਨੇ ਮੇਰੇ ਆਪਦੇ ਭੂਆ ਜੀ ਉਹਨਾਂ ਦੀ ਚੇਨ ਛਪਟੀ ਗਈ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਾਡੇ ਗਵਾਂਢ ਦੇ ਵਿੱਚ ਇੱਕ ਬਜ਼ੁਰਗ ਰਹਿੰਦੇ ਹੁੰਦੇ ਸੀ ਔਰਤ ਉਹ ਦੁੱਧ ਲੈ ਕੇ ਤੇ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਉਹਨਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਝਪਟੀਆਂ ਗਈਆਂ ਉਦੋਂ ਕਾਂਗਰਸ ਦੀ ਸਰਕਾਰ ਸੀ ਮੇਰੇ ਇੱਕ ਹੋਰ ਜਾਣਕਾਰ ਨੇ ਉਹ ਆਂਟੀ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸੀ ਔਰ ਜਿਵੇਂ ਆਪਣੇ ਘਰ ਦੇ ਵਿੱਚ ਉਹ ਗਲੀ ਵੱਲ ਨੂੰ ਮੁੜੇ ਤਾਂ ਉਹਨਾਂ ਦੀ ਗੱਲ ਦੇ ਵਿੱਚ ਉਹ ਚੇਨ ਜਿਹੜੀ ਉਹ ਛੱਪਟੀ ਗਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਤਿੰਨਾਂ ਸਰਕਾਰਾਂ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਹੋਇਆ ਆਪਣੇ ਅੱਖੀ ਵੇਖਿਆ ਤੇ ਇਸ ਲਈ ਕਿਸੇ ਨੂੰ ਕੋਈ ਹੱਕ ਨਹੀਂ ਐ ਇੱਕ ਦੂਸਰੇ ਦੇ ਉੱਪਰ ਤੋਂ ਮਤ ਲਾਉਣ ਦਾ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਹੀ ਸਾਰਾ ਕੁਝ ਵਾਪਰਦਾ ਰਿਹਾ ਤੇ ਵਾਪਰ ਰਿਹਾ ਵੀ ਹੈ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਇਹ ਐ ਵੀ ਲੁਟੇਰਾ ਕੌਣ ਹੂੰ ਲੁਟੇਰਾ ਹੈ ਕੌਣ ਜੀ ਜਿਨ੍ਹਾਂ ਨੇ ਇਹਨਾਂ ਨੂੰ ਪੈਦਾ ਕੀਤਾ ਜਾਂ ਜਿਹੜੇ ਪੈਦਾ ਹੋ ਗਏ ਹੂੰ ਲੁਟੇਰੇ ਕੌਣ ਹਨ ਜਿਹੜੇ ਇਹਨਾਂ ਨੂੰ ਫੜਦੇ ਨਹੀਂ ਜਾਂ ਜਿਹੜੇ ਫੜ ਕੇ ਛੱਡ ਦਿੰਦੇ ਹਨ ਹੂੰ ਜਿਹੜੇ ਪੈਸੇ ਲੈ ਕੇ ਇਹਨਾਂ ਨੂੰ ਛੱਡਦੇ ਹਨ ਜਾਂ ਜਿਹੜੇ ਪੈਸੇ ਲੈੇ ਤੋਂ ਬਿਨਾ ਫੜਦੇ ਹੀ ਨਹੀਂ ਜਾਂਦੇ ਲੁਟੇਰੇ ਕੌਣ ਹਨ ਪਹਿਲਾਂ ਤਾਂ ਆਪਾਂ ਇਹਦੇ ਬਾਰੇ ਪਰਿਭਾਸ਼ਾ ਕੜੀਏ ਵੀ ਅਸੀਂ ਲੁਟੇਰੇ ਮੰਨਦੇ ਕਿਹਨੂ ਆ ਲੁੱਟਾ ਖੋਹਾਂ ਵਾਲੇ ਮੰਨਦੇ ਕਿਹਨੂ ਆ ਜੀ ਪੰਜਾਬ ਦੇ ਵਿੱਚ ਔਰਤਾਂ ਹੋਣ ਜਾਂ ਮੁੰਡੇ ਹੋਣ ਉਹਨਾਂ ਦਾ ਕਸੂਰ ਕੀ ਆ ਘਰ ਦੇ ਵਿੱਚੋਂ ਤੁਸੀਂ ਸੈਰ ਤੇ ਨਿਕਲਦੇ ਆ ਪਤਾ ਕੋਈ ਨਹੀਂ ਮੋਬਾਈਲ ਖੋ ਕੇ ਭੱਜ ਜਾਣ ਤੁਸੀਂ ਜਾਂਦੇ ਦਫ਼ਤਰ ਨੂੰ ਪਤਾ ਲਿਖੋ ਗੋਲੀ ਮਾਰ ਕੇ ਭਾਜੇ ਕੁੜੀਆਂ ਜੇਕਰ ਮੱਥਾ ਟਿਕਣ ਜਾਂਦੀਆਂ ਪਤਾ ਨਹੀਂ ਕੋ ਵਾਲੀਆਂ ਹੋ ਕੇ ਭੱਜੇ ਵੀ ਕਸੂਰ ਕਿਦਾ ਟਾਣਾ ਸਾਹਿਬ ਨਾ ਬੰਦਾ ਘਰ ਦੇ ਅੰਦਰ ਸੁਰੱਖਿਅਤ ਨਾ ਘਰ ਤੋਂ ਬਾਹਰ ਸੁਰੱਖਿਅਤ ਹੈ ਬੰਦਾ ਜਾਵੇ ਕਿੱਥੇ ਦੇਖੋ ਗੱਲ ਇਹ ਹੈ ਕਿ ਆਪ ਤਾਂ ਟੂ ਟੂ ਕਰਦੇ ਆ ਗੱਡੀਆਂ ਦੇ ਵਿੱਚ ਨਿਕਲ ਜਾਣਾ ਆਪਦੇ ਕੋਲ ਤਾਂ ਕਿਸੇ ਦੇ ਕੋਲ 40 ਗਨਮੈਨ ਕਿਸੇ ਕੋਲ 45 ਗਨਮੈਨ ਕਿਸੇ ਕੋਲ 4 ਗਨਮੈਨ ਕਿਸੇ ਕੋਲ 2 ਗਨਮੈਨ ਕਿਸੇ ਕੋਲ ਕੋਈ ਸਹੂਲਤ ਕਿਸੇ ਕੋਲ ਕੋਈ ਆਪ ਤਾਂ ਤੁਸੀਂ ਸੁਰੱਖਿਅਤ ਹੋ ਤੁਹਾਡੇ ਘਰ ਦੇ ਜਿੰਨੇ ਮੈਂਬਰ ਨੇ ਸਾਰੇ ਸੁਰੱਖਿਅਤ ਨੇ ਚੰਗੀ ਗੱਲ ਹੈ ਸੁਰੱਖਿਆ ਹੋਣੀ ਚਾਹੀਦੀ ਹੈ ਪਰ ਆਮ ਬੰਦਾ ਕਿੱਥੋਂ ਬੌਂਸਰ ਲਿਆਵੇ ਆਮ ਬੰਦਾ ਕਿੱਥੋਂ ਸੁਰੱਖਿਆ ਲੈ ਲਵੇ ਭਾਈ ਆਮ ਬੰਦੇ ਨੇ ਤਾਂ ਜੋ ਕਮਾਉਣਾ ਸੋ ਖਾਣਾ ਉਹ ਆਪਣੇ ਖਾਣ ਪੀਣ ਦੇ ਉੱਪਰ ਖਰਚ ਕਰੇ ਆਪਦੀ ਜਿਹੜੀ ਜ਼ਿੰਦ ਸਰਦਾਰਾਂ ਨੇ ਉਹਨਾਂ ਤੇ ਖਰਚ ਕਰੇ ਕਿ ਆਪਣੀ ਸੁਰੱਖਿਆ ਦੇ ਉੱਪਰ ਖਰਚ ਕਰੇ ਪਰ ਲੋਕਾਂ ਬਾਰੇ ਸੋਚਦਾ ਕੌਣ ਹੈਰਾਨੀ ਸਭ ਤੋਂ ਵੱਡੀ ਇਹ ਹੈ ਸੋਚਣਾ ਸ਼ੁਰੂ ਕਰ ਗਏ ਲੋਕਾਂ ਨੇ ਸੋਚ ਲਿਆ ਜਿਹਨੂੰ ਜਿੱਦੋਂ ਵੋਟਾਂ ਪਾਉਣੀਆਂ ਹੂੰ ਉਸ ਤੋਂ ਬਾਅਦ ਲੋਕਾਂ ਦਾ ਕੰਮ ਖਤਮ ਤੇ ਸਰਕਾਰਾਂ ਦਾ ਕੰਮ ਸ਼ੁਰੂ ਬਿਲਕੁਲ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਭਾਵੇਂ ਕੇਂਦਰ ਦੇ ਵਿੱਚ ਆ ਭਾਵੇਂ ਕਿਸੇ ਸੂਬੇ ਦੇ ਵਿੱਚ ਹੂੰ ਉਹਦਾ ਫਰਜ਼ ਬਣਦਾ ਕਿ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਿਆ ਜਾਵੇ ਜੀ ਜੇ ਲੋਕ ਆਪਦੇ ਘਰ ਦੇ ਵਿੱਚੋਂ ਬਾਹਰ ਨਿਕਲਣ ਵੇਲੇ ਡਰਨਗੇ ਜੇ ਲੋਕ ਆਪਦਾ ਕਾਰੋਬਾਰ ਸ਼ੁਰੂ ਕਰਨ ਵੇਲੇ ਡਰਨਗੇ ਜੇ ਲੋਕ ਅਜਿਹੀ ਤਰੀਕੇ ਦੇ ਵਿੱਚ ਫੋਨ ਚੱਕਣ ਤੋਂ ਵੀ ਡਰਨਗੇ ਵੀ ਯਾਰ ਪਤਾ ਨਹੀਂ ਇਹ ਕਿਹਦਾ ਫੋਨ ਆ ਜੇ ਚੱਕ ਲਿਆ ਕਿ ਤਾਂ ਕੋਈ ਗੋਈ ਨਾ ਕਹੇ ਗੋਲੀ ਮਾਰ ਦੇਗਾ ਜਾਂ 10 ਲੱਖ ਰੁਪਏ ਨਾ ਦਿੱਤਾ ਹੂੰ ਬੰਦੇ ਦੇ ਅੰਦਰ ਦੇ ਵਿੱਚ ਬੜਾ ਕੁਝ ਹੁੰਦਾ ਅੰਦਰੋਂ ਬੰਦਾ ਹਿਲਦਾ ਰਹਿੰਦਾ ਉਹ ਨਾਲੇ ਜਿਹੜੇ ਵੀ ਲੋਕ ਇਹ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਨਿੱਜੀ ਤੌਰ ਤੇ ਬੇਨਤੀ ਹੈ ਕਿ ਸਾਨੂੰ ਤਾਂ ਅੱਗੇ ਹੀ ਬਹੁਤਿਆਂ ਨੇ ਲੁੱਟਿਆ ਅੱਜ ਤਈ ਲੁੱਟ ਹੀ ਹੁੰਦੇ ਆਏ ਆ ਅਸੀਂ ਤੇ ਆਪਾਂ ਤਾਂ ਨਾ ਇਹ ਕੰਮ ਕਰੀਏ ਸਰਕਾਰਾਂ ਨੇ ਲੁੱਟ ਲਿਆ ਅੱਜ ਤਈ ਬਹੁਤ ਹਕੂਮਤਾਂ ਨੇ ਸਾਨੂੰ ਲੁੱਟ ਲਿਆ ਅਸੀਂ ਉਹਨਾਂ ਤੋਂ ਲੁੱਟ ਹੋ ਚੁੱਕੇ ਆ ਤੇ ਤੁਸੀਂ ਤਾਂ ਸਾਡੇ ਆਪਣੇ ਹੋ ਸਾਡੇ ਵਿੱਚੋਂ ਹੀ ਸਾਡੇ ਸਮਾਜ ਦਾ ਹਿੱਸਾ ਹੋ ਆਪਾਂ ਇਸ ਗਲਤ ਰਾਹ ਤੇ ਨਾ ਪਈਏ ਸਹੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਤਣਾ ਸਾਹਿਬ ਆਪਾਂ ਹਮੇਸ਼ਾ ਕਹਿੰਦੇ ਆ ਕਿ ਜੇਕਰ ਬੰਦਾ ਇੱਕ ਵਾਰ ਹਾਰ ਜਾਵੇ ਉਹਨੂੰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਫਿਰ ਉਹ ਜਿੱਤ ਦੇ ਵੱਲ ਜ਼ਰੂਰ ਵਧੂਗਾ ਇੱਕ ਵਾਰ ਨਾ ਸੀ ਦੋ ਵਾਰ ਨਾ ਸੀ ਤਿੰਨ ਵਾਰ ਨਾ ਸੀ ਜਿੰਨੀ ਵਾਰ ਮਰਜ਼ੀ ਉਹ ਹਾਰੇ ਤੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਉਹ ਜਿੱਤ ਇੱਕ ਨਾ ਇੱਕ ਦਿਨ ਜ਼ਰੂਰ ਹਾਸਲ ਕਰੂਗਾ ਪਰ ਇਹ ਫਾਰਮੂਲਾ ਇਹ ਗੱਲ ਹਰ ਥਾਂ ਤੇ ਲਾਗੂ ਨਹੀਂ ਹੁੰਦੀ ਦੁਬਾਰਾ ਸੁਣਾਵਾ ਚਾਚਾ ਦਾ ਵਿਚਾਰ ਜੀ ਉਚਾਈ ਸੇ ਗਿਰਜਾ ਨਾ ਸਦਾਵ ਕੇ ਪਤਨ ਕੀ ਨਿਸ਼ਾਨੀ ਨਹੀਂ ਨਦੀ ਪਹਾੜਾਂ ਤੋਂ ਸਿਰ ਕੇ ਸਾਗਰ ਬਣ ਜਾਂਦੀ ਹੈ ਵੜਤਾ ਜਾਂਦੀ ਹੈ ਪਰ ਇਹ ਗੱਲ ਹਰ ਥਾਂ ਤੇ ਲਾਗੂ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕੋਈ 236 ਵਾਰ ਹਾਰ ਗਿਆ ਤੇ ਦਾ ਮਤਲਬ ਇਹ ਥੋੜੀ 237 ਵਾਰ ਕਾਗਜ਼ ਭਰ ਦੋ ਸਾਗਰ ਬਣ ਜਾਂਦੀ ਹੈ ਇਹ ਤਾਂ ਸਾਗਰ ਜਿਹੜਾ ਬੜਾ ਹੀ ਤਕੜਾ ਬਣ ਗਿਆ ਮੈਂ ਤੁਹਾਨੂੰ ਦੱਸਾਂ ਇਹ ਸਾਗਰ ਦਾ ਤਾਂ ਅੰਤ ਨਹੀਂ ਦੇਖ ਰਿਹਾ ਕਿਉਂ ਕਿ ਕਿਉਂਕਿ ਪਦਮਾ ਰਾਜਨ ਕਿੰਗ ਆਫ ਇਲੈਕਸ਼ਨ ਕਦੇ ਸੁਣਿਆ ਇਹਨਾਂ ਦਾ ਨਾ ਮੈਂ ਨਹੀਂ ਸੁਣਿਆ ਟਾਣਾ ਸਾਹਿਬ ਤੇਲੰਗਾਨਾ ਦੇ ਰਹਿਣ ਵਾਲੇ ਨੇ ਇਹ ਇਹ ਟਾਇਰਾਂ ਦੀ ਮਰਮਤ ਦੀ ਦੁਕਾਨ ਚਲਾਉਂਦੇ ਨੇ ਬਹੁਤ ਚੰਗੀ ਗੱਲ ਆ ਹੱਥੀਂ ਕਰਤ ਕਰਨੀ ਚਾਹੀਦੀ ਵੈਸੇ ਹੋਮਿਓਪੈਥੀ ਦੇ ਡਾਕਟਰ ਵੀ ਨੇ ਇਹ ਵੀ ਬਹੁਤ ਵਧੀਆ ਗੱਲ ਆ ਬੰਦੇ ਨੂੰ ਦਵਾਈਆਂ ਤੋਂ ਐਲੋਪੈਥੀ ਤੋਂ ਖੜਾ ਛੱਡ ਕੇ ਜੀ ਤੇ ਬੰਦੇ ਨੂੰ ਇਦਾਂ ਦੀਆਂ ਦਵਾਈਆਂ ਖਾਣੀਆਂ ਚਾਹੀਦੀਆਂ ਨੇ ਸਿਹਤ ਦੇ ਉੱਤੇ ਮਾੜਾ ਅਸਰ ਨਾ ਕਰਨ ਜੀ ਬਿਲਕੁਲ ਕਰਨੀਆਂ ਚਾਹੀਦੀਆਂ ਨੇ ਪਰ ਇਹ ਭਾਈ ਸਾਹਿਬ ਹੁਣ ਤੱਕ 236 ਵਾਰ ਹਾਰ ਚੁੱਕੇ ਨੇ ਵੋਟਾਂ ਦੇ ਵਿੱਚ ਤੇ ਹੁਣ ਇਹਨਾਂ ਨੇ 237ਵੀਂ ਵਾਰ ਕਾਗਜ਼ ਭਰਤੇ ਨੇ ਜਿਹੜਾ 236 ਵਾਰ ਹਾਰੇ ਹਾਂਜੀ ਤਾਂ ਕੀ ਕਾਰਨ ਬਣਿਆ ਕਿਉਂਕਿ ਇਹਨਾਂ ਨੇ ਬਹੁਤ ਤਗੜੇ ਤਗੜੇ ਲੋਕਾਂ ਨਾਲ ਮੱਥਾ ਲਾਇਆ ਜਣਾ ਸਾਬ ਕਦੀ ਰਾਸ਼ਟਰਪਤੀ ਕਦੀ ਪ੍ਰਧਾਨ ਮੰਤਰੀ ਕਦੇ ਕੋਈ ਕਦੇ ਕੋਈ ਕਦੇ ਕੋਈ ਵੱਡੇ ਵੱਡੇ ਲੋਕਾਂ ਦੇ ਨਾਲ ਇਹਨਾਂ ਨੇ ਮੱਥਾ ਲਾਇਆ ਉਮਰ ਕਿੰਨੀ ਕ ਇਹਨਾਂ ਦੀ ਉਮਰ ਜਿਹੜੀ ਆ ਉਹਦਾ ਤਾਂ ਮੈਨੂੰ ਪਤਾ ਨਹੀਂ ਪਰ ਇੰਨਾ ਜ਼ਰੂਰ ਪਤਾ ਕਿ 1988 ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਤਾਮਿਲਨਾਡੂ ਦੇ ਵਿੱਚ ਇੱਕ ਖੇਤਰ ਆ ਉੱਥੋਂ ਚੋਣ ਲੜੀ ਸੀ 17 ਤੋਂ ਉੱਤੇ ਉਮਰ ਇਹਨਾਂ ਦੀ ਹਾਂ ਲਗਭਗ ਲਗਭਗ ਹੋਊਗੀ 17 ਤੋਂ ਉੱਤੇ ਉਮਰ ਹੋਊ ਇਹਨਾਂ ਦੀ ਜੀ ਤੇ 200 ਕਿੰਨੇ 36 ਵਾਰ ਚੋਂ ਲੜੀ ਆ ਜੀ 236 ਵਾਰ ਕਦੇ ਪੰਚਾਇਤੀ ਦੀ ਕਦੇ ਨਗਰ ਨਿਗਵਦੀ ਕਦੇ ਵਿਧਾਇਕ ਨਹੀਂ ਕਰੇ ਜ਼ਮਨੀ ਚੋਣ ਕਦੇ ਕੋਈ ਚੋਣ ਕਦੇ ਕੋਈ ਚੋਣ ਕਦੇ ਪੰਚਾਇਤੀ ਚੋਣਾ ਵੀ ਕਦੇ ਪੰਚਾਇਤੀ ਚੋਣਾ ਕਦੇ ਕਿਸੇ ਧਾਰਮਿਕ ਥਾਂ ਦੀ ਚੋਣ ਕਦੇ ਕਿਸੇ ਕਲੱਬ ਦੀ ਚੋਣ ਇਹਨਾਂ ਨੇ ਲੜੀਆਂ ਹੀ ਲੜੀਆਂ ਜੀ ਪਰ ਦੁੱਖ ਦੀ ਗੱਲ ਹੈ ਹਰ ਵਾਰ ਹਾਰੇ ਆ ਜੀ ਪਰ ਹਾਰਨ ਦੇ ਬਾਵਜੂਦ ਫੇਰ ਖੜੇ ਆ ਤੇ ਖੜੇ ਹੋਣ ਦੇ ਮੁੱਲ ਤੇ ਇਸ ਵਾਰ ਤਾਣਾ ਸਾਹਿਬ ਇਹਨਾਂ ਨੇ ਕਹਿੰਦੇ ਗਜਵੇਲ ਹਲਕਾ ਹੈ ਉੱਥੋਂ ਸੂਬੇ ਦਾ ਜਿਹੜਾ ਮੁੱਖ ਮੰਤਰੀ ਤੇ ਲੰਗਾਨਾ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਮੁਕਾਬਲਾ ਲੜਨਾ ਇਹਨਾਂ ਨੇ ਚੰਦਰਸ਼ੇਖਰ ਰਾਓ ਹੋਰਾਂ ਦੇ ਨਾਲ ਦੇਖੋ ਗੱਲ ਤਾਂ ਇਹ ਹੈ ਨਾ ਬੰਦਾ ਹਾਰ ਗਿਆ ਤਾਂ ਹਾਰ ਗਿਆ ਜੀ ਵੋਟਾਂ ਭ ਇੱਥੇ ਤੱਕ ਸਭ ਤੋਂ ਵੱਧ ਇਹਨਾਂ ਨੂੰ ਜਿਹੜੀਆਂ ਵੋਟਾਂ ਨੇ ਉਹ ਕਹਿੰਦੇ ਆ ਕਿ ਬਹੁਤ ਸਾਲ ਪਹਿਲਾਂ ਪਈਆਂ ਸੀ ਕਈ-ਕਈ ਚੋਣਾਂ ਦੇ ਵਿੱਚ ਤਾਂ ਇੱਕ ਵੀ ਵੋਟ ਨਹੀਂ ਪਈ ਇਹਨਾਂ ਨੂੰ ਅੱਛਾ ਕਈ-ਕਈ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਵੀ ਵੋਟ ਨਾ ਪੈਣ ਦੇ ਬਾਵਜੂਦ ਵੀ ਹੌਸਲਾ ਨਹੀਂ ਛੱਡਿਆ ਔਰ ਇਹਨਾਂ ਨੇ ਸਥਾਨਕ ਸੰਸਥਾਵਾਂ ਤੋਂ ਲੈ ਕੇ ਰਾਸ਼ਟਰਪਤੀ ਤੱਕ ਚੋਣਾਂ ਜਿਹੜੀਆਂ ਉਹ ਲੜੀਆਂ ਨੇ ਇੱਥੋਂ ਤੱਕ ਕਿ ਅਟਲ ਬਿਹਾਰੀ ਵਾਜਪਈ ਤੇ ਪੀਵੀ ਨਰਸੀਮਹਾ ਰਾਓ ਦੇ ਖਿਲਾਫ 20 ਚੋਣ ਲੜ ਚੁੱਕੇ ਨੇ ਇਹੋ ਕਮਾਲ ਦੀ ਗੱਲ ਹੈ ਹਾਰ ਜਾਣਾ ਕੋਈ ਵੱਡੀ ਵੱਡੀ ਗੱਲ ਨਹੀਂ ਜੀ ਹਾਰਨ ਤੋਂ ਬਾਅਦ ਫੇਰ ਲੜਨਾ ਇਹ ਇੱਕ ਵੱਡੀ ਗੱਲ ਆ ਪਰ ਟੈਣਾ ਸਾਹਿਬ ਹੁਣ ਤੱਕ 1 ਕਰੋੜ ਰੁਪਈਆ ਖਰਚ ਕਰ ਚੁੱਕੇ ਨੇ ਸਭ ਕੁਝ ਤੇ ਇਹ ਬੰਦੇ ਦੇ ਸ਼ੌਕ ਦੀ ਗੱਲ ਆ ਕਿਸੇ ਨੂੰ ਟਿਕਟਾਂ ਇਕੱਠੀਆਂ ਕਰਨ ਦਾ ਸ਼ੌਕ ਕਿਸੇ ਨੂੰ ਸੈਂਡਲ ਇਕੱਠੇ ਕਰਨ ਦਾ ਕਿਸੇ ਨੂੰ ਕੋਈ ਹੋਰ ਚੀਜ਼ ਕੋਈ ਪਰਸ ਇਕੱਠੇ ਕਰਨ ਦਾ ਕਿਸੇ ਨੂੰ ਛਾਪਾਂ ਥੱਲੇ ਇਕੱਠੇ ਕਰਨ ਦਾ ਕਿਸੇ ਨੂੰ ਪਿੰਨ ਇਕੱਠੇ ਕਰਨ ਦਾ ਕਿਸੇ ਨੂੰ ਟਾਂਕ ਕਲੀਨਰ ਇਕੱਠੇ ਕਰਨ ਦਾ ਕਿਸੇ ਨੂੰ ਕੰਗੇ ਇਕੱਠੇ ਕਰਨ ਦਾ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਇਹਨਾਂ ਨੂੰ ਚੋਣਾ ਲੜਨ ਦਾ ਸ਼ੌਕ ਆ ਫੇਰ ਕੀ ਹੋ ਗਿਆ ਕਿ ਉਹ ਦਾਰੂ ਪੀਂਦੇ ਆ ਉਹ ਕਹਿੰਦੇ ਕਿ ਜਿੱਤ ਤੱਕ ਕਹਿੰਦੇ ਆ ਮੈਂ ਜਿੱਤਾਂ ਚਾਹੇ ਮੈਂ ਹਾਰਾਂ ਹਾਂ ਪਰ ਘੱਟੋ ਘਾਟੇ ਇਤਿਹਾਸ ਇਸ ਗੱਲ ਦਾ ਤਾਂ ਗਵਾਇਆ ਵੀ ਕਿੱਡੇ ਕਿੱਡੇ ਤਕੜੇ ਸਿਆਸਤਦਾਨਾਂ ਨਾਲ ਮੱਥਾ ਲਾਇਆ ਮੈਂ ਹਾਂ ਤੇ ਵੈਸੇ ਤਾਂ ਇਹ ਲੋਕਾਂ ਦੇ ਸੋਚਣ ਵਾਲੀ ਗੱਲ ਆ ਜੀ ਵੀ ਜਦੋਂ ਜਦੋਂ ਵੀ ਇਹਨੂੰ ਹਰਾ ਕੇ ਨਾ ਕੀ ਸੀ ਇਹਨਾਂ ਦਾ ਨਾਮ ਹੈ ਜੀ ਪਦਮਾ ਰਾਜਨ ਪਦਮਾ ਰਾਜਨ ਨੂੰ ਹਰਾ ਕੇ ਜਿਹਨੂੰ ਚੁਣਿਆ ਉਹਨੇ ਆਪਣੇ ਲਈ ਕੀ ਕੀਤਾ ਪਦਮਾ ਰਾਜਨ ਤਾਂ ਚਲੋ ਐ ਇੱਕ ਮਿੰਟ ਲਈ ਮੰਨਿਆ ਪਰ ਜਿਹਨੂੰ ਚੁਣਿਆ ਆਪਾਂ ਉਹ ਕਿਵੇਂ ਆ ਹਾਂ ਉਹ ਜਿੱਤੇ ਜਾਣ ਤੋਂ ਬਾਅਦ ਫਿਰ ਕੀ ਹੋਇਆ ਫਿਰ ਆਪ ਜੀ ਨੇ ਕਦੇ ਕੋਈ ਬਾਤ ਪੁੱਛੀ ਉਹਨੇ ਕਦੇ ਪਦਮਾ ਰਾਜਨ ਦੀ ਮਾੜੀ ਮੋਟੀ ਬਾਤ ਪੁੱਛੀ ਹੁੰਦੀ ਹਾਂ ਤਾਂ ਇਹਦਾ ਇੱਕ ਰਿਕਾਰਡ ਹੀ ਖਰਾਬ ਕਰ ਦਿੰਦੇ ਆਪਾਂ ਸਹੀ ਗੱਲ ਹੈ ਇਹ ਹਾਰ ਹਾਰ ਕੇ ਰਿਕਾਰਡ ਬਣਾਈ ਬੈਠਾ ਹੂੰ ਤੁਸੀਂ ਵੇਖੋ ਹੌਸਲਾ ਹੀ ਹੈ ਵੈਸੇ 237 ਵੀ ਵਾਰ ਚੋਣ ਲੜਨੀ ਆ ਬੰਦੇ ਨੇ ਚੋਣ ਪ੍ਰਚਾਰ ਸ਼ੁਰੂ ਕਰਤਾ ਜੋਰਾ ਸ਼ੋਰਾਂ ਦਾ ਤੇ ਮੈਂ ਬਹੁਤ ਸਾਰੇ ਸੱਜਣਾਂ ਨੂੰ ਇਹ ਸਾਨੂੰ ਜਾਣਦਾ ਜਿਹੜੇ ਇੱਕ ਦੋ ਵਾਰ ਹਾਰਨ ਤੋਂ ਬਾਅਦ ਇਹ ਗੱਲ ਕਹਿ ਦਿੰਦੇ ਬਾਈ ਜੀ ਇਹ ਸਾਡੇ ਵਸ ਦੀ ਗੱਲ ਨਹੀਂ ਸਹੀ ਸਮਾਜ ਬਹੁਤ ਗੰਦਾ ਟੈਣਾ ਸਾਹਿਬ ਲੋਕ ਹੀ ਟੀਚਰਾਂ ਦੇ ਦੇ ਕੇ ਬੁਰਾ ਹਾਲ ਕਰ ਦਿੰਦੇ ਨੇ ਵੀ ਆਹ ਵੇਖੋ ਜੀ ਰਾਸ਼ਟਰਪਤੀ ਨਾ ਮੱਥਾ ਲਾਇਆ ਸੀ ਆਹ ਵੇਖੋ ਜੀ ਪ੍ਰਧਾਨ ਮੰਤਰੀ ਬਣਨਾ ਸੀ ਇਹਨੇ ਆਹ ਵੇਖੋ ਜੀ ਮੁੱਖ ਮੰਤਰੀ ਨਾਲ ਪੰਗਾ ਲਿਆਏ ਨੇ ਕਿਵੇਂ ਆ ਲੋਕ ਐਂ ਛੇੜ ਛੇੜ ਕੇ ਬੰਦਰਾ ਬੁਰਾ ਹਾਲ ਕਰ ਦਿੰਦੇ ਲੋਕਾਂ ਦੇ ਕੁਛ ਨਾ ਕੁਛ ਕਹਿੰਦੇ ਵੋਟਾਂ ਭਾਵੇਂ 50 ਪੈਣ ਤੇ ਭਾਵੇਂ 5 ਪੈਣ ਤੇ ਭਾਵੇਂ 5000 ਪਾਵੇ ਜੀ ਪਰਵਾਹ ਨਹੀਂ ਕਰਨੀ ਬਿਲਕੁਲ ਨਹੀਂ ਕਰਨੀ ਚਾਹੀਦੀ ਪਰ ਸੱਚੀ ਹੌਸਲਾ ਵੱਡਾ ਬਿਲਕੁਲ ਤੇ ਚੋਣਾ ਲੜਿਆ ਕਰੋ ਭਾਈ ਤੁਸੀਂ ਵੀ ਚੋਣ ਲੜੋ ਆਪਣੇ ਪਿੰਡੋਂ ਮੈਂ ਕਿਉਂ ਲੜਾ ਸੰਸਾਰਪੁਰ ਤੋਂ ਚੋਣ ਲੜੋ ਅੱਛਾ ਪੰਚਾਇਤੀ ਚੋਣ 'ਚ ਖੜੇ ਹੋ ਜਾਓ ਅੱਛਾ ਜੀ ਮੈਂ ਪ੍ਰਚਾਰ ਕਰਦਾ ਹਾਂ ਓਹ ਕੀ ਬਾਤ ਹੈ ਟੇਣਾ ਸਾਹਿਬ ਹਾਂ ਹੋਰ ਵੀ ਬੜੇ ਲੈ ਕੇ ਆਉਂ ਦੋਸਤ ਮਿੱਤਰ ਇਹ ਕੰਮ ਮੇਰੇ ਵਾਸਤੇ ਨਹੀਂ ਕਿਉਂ ਨਾ 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 ਇਦਾਂ ਹੀ ਚੰਗੇ ਆ ਕਿਉਂ ਨਾ ਆਜ਼ਾਦ ਖੜ ਜੋ ਡਾਡਾ ਸਾਹਿਬ ਮੋੜ ਕੇ ਮੈਂ ਚਾਹਦਾ ਵਿਚਾਰ ਕਰੂੰ ਕਿ ਲੋਕਾਂ ਦੇ ਮਸਲੇ ਸੁਲਝਾਉਂ ਆਜ਼ਾਦ ਖੜ ਜੋ ਅੱਛਾ ਜੀ ਫੇਰ ਛਾ ਜਾਗੇ ਆਪਾਂ ਆਪਾਂ ਉਹ ਐਸੇ ਹੀ ਛਾਏ ਹੋਏ ਆ ਅੱਛਾ ਉਹ ਵੀ ਹਾਜ਼ਰ ਹੈ ਚੰਚ ਦਾ ਵੀ ਚਾਹ ਪ੍ਰਾਇਮੇਸ਼ਰ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਹੁਣ ਅਗਲੀ ਖਬਰਾਂ ਵੱਲ ਵਧੀਏ ਟਾਣਾ ਸਾਹਿਬ ਬਿਲਕੁਲ ਦੇਖੋ ਅਖੀਰ ਮੁਲਜ਼ਮ ਫੜੀ ਲਿਆ ਅਗਲੇ ਨੇ ਫੜੇ ਹੀ ਜਾਂਦੇ ਆ ਬੰਦੇ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਨਾ ਹਾਂ ਉਹਨੇ ਫੜੇ ਹੀ ਜਾਣਾ ਜੀ ਜੇਕਰ ਮੈਂ ਅੱਜ ਇੱਥੇ ਗਲਤ ਕੰਮ ਕਰਾਂ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ ਸਾਲ ਨੂੰ ਜਿੰਨੀ ਮਰਜ਼ੀ ਤੇਜ਼ੀ ਵਰਤ ਲੋ ਜੀ ਮਾੜੇ ਕੰਮ ਦਾ ਨਤੀਜਾ ਹੁੰਦਾ ਮਾੜਾ ਹਾਂ ਉਹਨੇ ਇੱਕ ਨਾ ਇੱਕ ਫੜੇ ਜਾਣਾ ਹ ਤੇ ਫਿਰ ਕਿਉਂ ਛਿੱਥੇ ਪੈਨੇ ਆ ਤੇ ਪਹਿਲਾਂ ਹੀ ਕੰਮ ਸਹੀ ਕਰਗੇ ਬਿਲਕੁਲ ਸਹੀ ਤੁਸੀਂ ਤਿੱਖੇ ਹੋ ਸਕਦੇ ਆ ਲੱਖ ਵਾਰ ਤਿੱਖੇ ਹੋ ਸਕਦੇ ਆ ਪਰ ਦੂਜੇ ਘੋਗੜ ਨਹੀਂ ਕੇ ਹਾਂ ਉਹ ਤੁਹਾਨੂੰ ਕਦੇ ਕਦੇ ਇਗਨੋਰ ਮਾਰ ਸਕਦੇ ਆ ਜੀ ਤੁਹਾਨੂੰ ਨਜ਼ਰ ਅੰਦਾਜ਼ ਕਰ ਸਕਦੇ ਪਰ ਚਲ ਕੋਈ ਨਹੀਂ ਆਪਣਾ ਹੀ ਆ ਹਾਂ ਪਰ ਜਿਹੜਾ ਬੰਦਾ ਵਾਰ-ਵਾਰ ਉਹ ਗਲਤ ਕੰਮ ਕਰੂਗਾ ਫੜਿਆ ਜਾਊਗਾ ਬਿਲਕੁਲ ਨਾਲੇ ਜਦੋਂ ਗੱਲ ਪੁਲਿਸ ਤੇ ਆ ਜਾਏ ਟਾਣਾ ਸਾਹਿਬ ਜਦੋਂ ਪੁਲਿਸ ਤੇ ਆ ਜਾਏ ਪੁਲਿਸ ਦਾ ਇੱਕ ਨਾ ਇੱਕ ਨਾ ਇੱਕ ਫੜੂਗੀ ਹਾਂ ਇਹ ਗੱਲ ਪੁਲਿਸ ਨੂੰ ਫੜ ਵੀ ਲੈਣਾ ਚਾਹੀਦਾ ਬੰਦਾ ਜੀ ਬਿਲਕੁਲ ਮੈਨੂੰ ਬੜਾ ਦੁੱਖ ਹੁੰਦਾ ਵੀ ਜਦੋਂ ਪੁਲਿਸ ਬੰਦੇ ਨੂੰ ਫੜਦੀ ਨਹੀਂ ਜਦੋਂ ਪੁਲਿਸ ਕਰਨੀ ਅਸੀਂ ਛਾਪਾ ਮਾਰਿਆ ਸੀ ਅਸੀਂ ਉਹਨਾਂ ਦੀ ਭੂਆ ਨੂੰ ਵੀ ਫੋਨ ਕੀਤਾ ਸੀ ਹੂੰ ਬੰਦੇ ਦੀ ਤਾਈ ਨੂੰ ਵੀ ਫੋਨ ਕੀਤਾ ਸੀ ਉਹ ਕਹਿੰਦੇ ਵੀ ਆਇਆ ਹੀ ਨਹੀਂ ਚਾਰ ਦਿਨ ਹੋ ਗਏ ਘਰੇ ਹਾਂਜੀ ਪਰ ਫੜਿਆ ਜਾਂਦਾ ਬੰਦਾ ਜੇ ਨੀਤਾ ਸਹੀ ਹੋਣ ਜਿੰਨਾ ਮਰਜ਼ੀ ਚਲਾਕ ਹੋਵੇ ਜੀ ਬੰਦਾ ਫੜਿਆ ਹੀ ਜਾਂਦਾ ਔਰ ਜਦੋਂ ਅੱਖੀ ਵੇਖ ਲਿਆ ਪੁਲਿਸ ਨੇ ਕਿ ਬੰਦਾ ਡਿੱਗਦਾ ਢੈਂਦਾ ਜਾ ਰਿਹਾ ਤੇ ਫਿਰ ਪੁਲਿਸ ਨੇ ਤਾਂ ਸਬੂਤ ਦੀ ਲੋੜ ਹੀ ਨਹੀਂ ਟਾਣਾ ਸਾ ਲੋੜੀ ਨਹੀਂ ਪੁਲਿਸ ਨੇ ਚੱਕ ਲਿਆ ਫਿਰ ਚੱਕ ਲਿਆ ਕੇ ਚੱਕ ਲਿਆ ਪਿੰਜਰੇ ਚ ਵੀ ਕੈਦ ਕਰ ਲਿਆ ਕਰ ਲਿਆ ਭਾਈ ਜੀ ਮੈਂ ਸਿੱਖਾਂ ਦੇ ਪਿੱਛੇ ਕੈਰ ਕਰਤਾ ਪੁਲਿਸ ਨੇ ਤੇ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੇ ਸਿੱਖਾਂ ਦੇ ਪਿੱਛੇ ਜਾਣਾ ਹੀ ਜਾਣਾ ਮੈਂ ਲਿਖ ਕੇ ਦੇਣ ਨੂੰ ਤਿਆਰ ਹ ਪਰ ਮਸਲਾ ਇਹ ਹੈ ਕਿ ਜਦੋਂ ਹੁਣ ਅਦਾਲਤ ਦੇ ਵਿੱਚ ਪੇਸ਼ੀ ਹੋਊਗੀ ਤੇ ਆਪਣੀ ਕਹੋ ਵੀ ਆਪਣੇ ਹੱਕ ਦੇ ਵਿੱਚ ਆਪਣੀ ਸਫਾਈ ਦੇਣਦਲੇ ਕਿਵੇਂ ਬੋਲਣਗੇ ਤੇ ਬੋਲਣਗੇ ਕਹਿਣਗੇ ਮਿਲਾਡ ਅੱਛਾ ਮਾਨਜੋਗ ਜੱਜ ਸਾਹਿਬ ਹਾਂ ਐਦਾਂ ਦੀ ਗੱਲ ਹੈ ਨਹੀਂ ਜਿਹੜੀ ਮੇਰੇ ਨਾਲ ਜੋੜੀ ਗਈ ਆ ਹੂੰ ਇਹ ਮੇਰੇ ਨਾਲ ਧੱਕਾ ਹੋਇਆ ਜੇਕਰ ਧੱਕਾ ਹੋਇਆ ਹੋਇਆ ਤਾਂ ਅੱਛਾ ਜੀ ਜਾਂ ਫਿਰ ਮੇਰੇ ਨਾਲ ਜੋ ਹੋਇਆ ਠੀਕ ਹੀ ਹੋਇਆ ਕਿਉਂਕਿ ਮੈਂ ਕਰਤੂਤੀ ਅਸੀਂ ਕੀਤੀ ਹੈ ਪਰ ਜੈਸਾ ਵੀ ਦੀ ਗੱਲ ਸਮਝਣਗੇ ਕਿਵੇਂ ਸਮਝਣਗੇ ਜਿਵੇਂ ਮੈਂ ਗੱਲ ਕਰੀ ਜਾਣਾ ਜਿਵੇਂ ਤੁਸੀਂ ਗੱਲ ਕਰਦੇ ਹੋ ਜੱਜ ਸਾਹਿਬ ਕਹਿੰਗੇ ਆਰਡਰ ਆਰਡਰ ਇਹਨੂੰ ਰਹਾ ਕਰ ਦਿੱਤਾ ਗਿਆ ਨਹੀਂ ਨਹੀਂ ਐਡੀ ਗੱਲ ਹੈ ਨਹੀਂ ਨਾ ਟਾਣਾ ਸਾਹਿਬ ਕਿਉਂਕਿ ਉਹਨੇ ਤਾਂ ਬੋਲਣਾ ਚਿ 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 ਕਰਕੇ اچھا ਹਾਂ ਕੀ ਗੱਲ ਬੰਦੇ ਦੇ ਕੋਈ ਦੰਦਾਂ ਦੇ ਵਿੱਚ ਸਮੱਸਿਆ ਹਾਂ ਦੰਦਾਂ ਚ ਵੀ ਸਮੱਸਿਆ ਵੈਸੇ ਤਾਂ ਜੜ ਜੂੜ ਨਿਕਲੀਏ ਦੋ ਦੰਦ ਬਾਲੇ ਵੱਡੇ ਆ ਦੋ ਦੰਦ ਬਾਲੇ ਵੱਡੇ ਆ ਚਲੋ ਕੋਈ ਨਹੀਂ ਮਾੜਾ ਮੋਟਾ ਤੇ ਜੱਜ ਸਾਹਿਬ ਸਮਝ ਹੀ ਲੈਣਗੇ ਨਹੀਂ ਤਾਂ ਲਿਖ ਕੇ ਦੇ ਦੇਣ ਗੱਲ ਖਤਮ ਲਿਖ ਕੇ ਕਿਵੇਂ ਦੇ ਦੇਣ ਹੁਣ ਚੂਹਾ ਕਿਵੇਂ ਲਿਖ ਸਕਦਾ ਬੰਦੇ ਦਾ ਨਾ ਚੂਹਾ ਕਿਵੇਂ ਰੱਖਿਆ ਉਹ ਬੰਦੇ ਦਾ ਨਾ ਚੂਹਾ ਨਹੀਂ ਆ ਚੂਹਾ ਹੀ ਚੂਹਾ ਹੈ एक गई मैं असल साहब मध्य प्रदेश आई तो है छिंदवाड़ा हाँ। खेत कहते नजायज शराब फड़ी फड़नी चाहिए दारू द ਉਹਦੇ ਚੋਂ ਮਤਲਬ ਖਾਲੀ ਮਿਲੀਆਂ ਨੇ ਅੱਛਾ ਹਾਂ ਤੇ ਪੁਲਿਸ ਨੇ ਮੌਕੇ ਵਾਰਦਾਤ ਤੇ ਚੂਹੇ ਨੂੰ ਡਿੱਗਦੇ ਟੈਂਦਰ ਨੂੰ ਵੇਖ ਲਿਆ ਅੱਛਾ ਕਦੇ ਚੂਹਾ ਇੱਧਰ ਨੂੰ ਕਦੇ ਚੂਹਾ ਉੱਧਰ ਨੂੰ ਕਹਿੰਦੇ ਲੈ 60 ਬੋਤਲਾਂ ਦਾ ਇਹ ਪੀ ਗਿਆ ਅੱਛਾ ਪੁਲਿਸ ਨੇ ਚੂਹਾ ਫੜ ਲਿਆ ਛੂਹਾ ਸੀ ਤਾਂ ਵੀ ਵੱਡਾ ਤਸਕਰ ਗ੍ਰਿਫਤਾਰ ਕੀਤਾ ਹਣੇ ਚੂਹਾ ਜਿਹੜਾ ਉਸ ਇਲਾਕਾ ਵਿੱਚ ਹੈ ਕਹਿੰਦੇ 60 ਬੋਤਲਾਂ ਮਾਈ ਲਾਰਡ ਇਹ ਹੀ ਪੀ ਗਿਆ ਦਾਰੂ ਦੀਆਂ ਅੱਛਾ ਹਾਂ ਸਦਕੇ ਜਾਗੇ ਤੁਹਾਡੀਆਂ ਖੋਜਾਂ ਤੇ ਵਾਹ ਛੇਰ ਬੱਗੇਓ ਵਾਹ ਕਾਨੂੰਨ ਦੇ ਰੱਖਿਓ ਦੇ ਲੋਗਲੇ ਮਨਾਉਣ ਤੇ ਆਉਣ ਤੇ ਕਿਸੇ ਨੂੰ ਵੀ ਮਨਾ ਲੈਂਦੇ ਵੀ ਪੀਤੀ ਆ ਸਹੀ ਗੱਲ ਆ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਪੁਲਿਸ ਕੋਲੋਂ ਗੁੱਟ ਖੜੇ ਛੜਾ ਕੇ ਭੱਜ ਜਾਂਦੇ ਆ ਹਾਂ ਸਾਡੇ ਵਾਲੇ ਹਾਂ ਤੇ ਇਧਰਲੇ ਪਾਸੇ ਦੇਖੋ ਚੂਹੇ ਹੀ ਗ੍ਰਿਫਤਾਰ ਕਰ ਲਿਆ ਕਰ ਲਿਆ ਜੀ ਹੈ ਕੋਈ ਰੀ ਸਾਡੀ ਨਾ ਕਦੇ ਹੋ ਵੀ ਨਹੀਂ ਸਕਦੀ ਤੁਸੀਂ ਪਹਿਲਾਂ ਕਦੇ ਇਹੋ ਜੀ ਖਬਰ ਕਿਤੋਂ ਸੁਣੀਆ ਹੋਰ ਇਥੋਂ ਕਈ ਵਾਰ ਆ ਚੁੱਕੀ ਹੈ ਤੁਹਾਨੂੰ ਇਹ ਤਾਂ ਪੰਜਾਬ ਚੋ ਵੀ ਇੱਕ ਵਾਰ ਇਹ ਖਬਰ ਸਾਹਮਣੇ ਆਈ ਸੀ ਕਿ ਨਸ਼ਾ ਜਿਹੜਾ ਆ ਉਹ ਫੜਿਆ ਗਿਆ ਸੀ ਤੇ ਉਸ ਤੋਂ ਬਾਅਦ ਕਹਿੰਦੇ ਜੀ ਵੀ ਜਿਹੜਾ ਚੂਹਾ ਹੈ ਉਹੀ ਕੁੱਤਰ-ਕੁੱਤਰ ਕੇ ਬੋਰੀ ਨੂੰ ਚੋ ਨਸ਼ਾ ਕਰ ਗਿਆ ਤੇ ਜਿੱਦੇ ਕਰਕੇ ਫੇ ਕਾਫੀ ਜ਼ਿਆਦਾ ਰੌਲਾ ਵੀ ਪਿਆ ਸੀ ਤੇ ਇਹੋ ਜੀ ਹੀ ਖਬਰ ਹੁਣ ਸਿੰਧਵਾੜਾ ਤੋਂ ਵੀ ਆਈ ਹੈ ਹੈਰਾਨੀ ਹੁੰਦੀ ਹੈ ਭਾਈ ਦੇਖੋ ਹੁਣ ਚੂਹਿਆਂ ਦੇ ਉੱਤੇ ਵੀ ਆ ਕੁਸਤੀ ਆ ਗਈ ਹੈ ਹਾਂ ਚੂਹਿਆਂ ਦੇ ਉੱਤੇ ਵੀ ਆਦਣਾ ਹੋਣੇ ਸੀ ਚੂਹੇ ਵੀ ਹੁਣ ਨਜਾਇਜ਼ ਸ਼ਰਾਬ ਪੀਣ ਲੱਗੇ हां ਤੇ ਪਤਾ ਨਹੀਂ ਪਾਈ ਕੀ ਬਣੂਗਾ ਪਰ ਮੈਂ ਇੱਕ ਨਖਤੂਆ ਦੇਖਿਆ ਰੇਲਵੇ ਸਟੇਸ਼ਨ ਵਾਲੇ ਘਾਮ ਮੈਂ ਅੱਛਾ ਜੀ ਵੀ ਰੇਲ ਗੱਡੀ ਦੇ ਥੱਲੇ ਚੂਹਾ ਫਿਰੇ ਟੈਣਾ ਸਾਹਿਬ ਰੇਲਵੇ ਸਟੇਸ਼ਨ ਚੂਹੇ ਬਹੁਤ ਵੱਡੇ ਐਡਾ ਮੋਟਾ ਚੂਹਾ ਹਾਂ ਸਹੀ ਹੈ ਮੈਂ ਨਾ ਉਹ ਤੋਂ ਭੱਜਿਆ ਹੀ ਨਾ ਜਾਵੇ ਐਡਾ ਢੱਡਲ ਚੂਹਾ ਰੇਲਵੇ ਸਟੇਸ਼ਨ ਦੇ ਚੂਹੇ ਇਦਾਂ ਦੇ ਹੀ ਹੁੰਦੇ ਆ ਮੈਨੂੰ ਪਤਾ ਨਹੀਂ ਕੀ ਖਾਂਦਾ ਇਹ ਹਾਂ ਪਤਾ ਨਹੀਂ ਕੀ ਪੀਂਦਾ ਇਹ ਮੈਂ ਢੱਡਲ ਜਾਂ ਚੂਹਾ ਐ ਜਾਵੇ ਕਰ ਉਹ ਵੀ ਗੱਲ ਤਾਂ ਕਰਦਾ ਹੂਗਾ ਆਪਣੇ ਨਿਆਣਿਆਂ ਨਾਲ ਮੈਂ ਇੱਥੇ ਉਦੋਂ ਦਾ ਜਦੋਂ ਇੱਕ ਰੇਲ ਲਾਈਨ ਵਿੱਚ ਸੀ ਚਲੋ ਇੱਥੇ ਇੱਕ ਸੀ ਇੱਕ ਵਾਰੀ ਤਾਂ ਮੈਂ ਅੰਮ੍ਰਿਤਸਰ ਨੂੰ ਜਾਂਦੀ ਗੱਡੀ ਦੇ ਥੱਲੇ ਹੁੰਦਾ ਹੁੰਦਾ ਬਚਿਆ ਥੋੜੀ ਮੰਮੀ ਨੇ ਇੱਕ ਵਾਰੀ ਚੂਹੀ ਦੇ ਮੈਨੂੰ ਗਾਲਾਂ ਕੱਢੀਆਂ ਮੈਂ ਕਿਹਾ ਮਰੇ ਹੀ ਚੰਗੇ ਆ ਪਰ ਉਦੋਂ ਰੇਲ ਹੀ ਲੇਟ ਹੋ ਗਈ ਉਹ ਵੀ ਹਜ਼ਰੇ ਜੱਜ ਦਾ ਵੀ ਚਾਹ ਹਰਬੰਜੀ ਕਦੇ ਕਰ ਬਰਚਤ ਕਰਦਾ ਚਾਈਨਾ ਜਾ ਕੇ ਆਏਗੀ ਕਿਉਂ ਚੀਨ ਜਾ ਕੇ ਆਏਗੇ ਦੇਖੀਏ ਤਾਂ ਸਹੀ ਵੀ ਉੱਥੇ ਕਿਵੇਂ ਕਿਵੇਂ ਆ ਹਾਂ ਕਹਿੰਦੇ ਆਬਾਦੀ ਬੜੀ ਤਕੜੀ ਉੱਥੋਂ ਦੀ ਪਰ ਕਹਿੰਦੇ ਵੀ ਤਕਨੀਕਾਂ ਵੀ ਬੜੀਆਂ ਤਕੜੀਆਂ ਉੱਥੋਂ ਦੀ ਉਹ ਤਾਂ ਹੈ ਪਰ ਮੇਰੇ ਚਤ ਕਰਨਾ ਵੀ ਉੱਥੇ ਨਾ ਕਦੇ ਵੇਖ ਕੇ ਆਗੇ ਸਾਡੇ ਪੰਜਾਬੀ ਪਹਿਣਾ ਵੀਰਾਂ ਨੂੰ ਮਿਲ ਕੇ ਆਗੇ ਟਣਾ ਸਭ ਮੈਂ ਨਾ ਬੜੀ ਹੈਰਾਨ ਹੋਈ ਮੈਂ ਵੀਡੀਓਜ਼ ਵੇਖੀਆਂ ਉਹਦੇ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਚਾਈਨਾ ਨੂੰ ਲੈ ਕੇ ਹੈਨਾ ਉਹਦੇ ਵਿੱਚ ਮੈਂ ਵੇਖ ਕੇ ਹੈਰਾਨ ਸੀ ਵੀ ਉਹਨਾਂ ਦੀ ਤਕਨੀਕ ਹਾਲਾਂਕਿ ਮੈਨੂੰ ਇਹ ਨਹੀਂ ਪਤਾ ਕਿ ਇਹ ਵੀਡੀਓ ਸਰਾਸਰ ਸੱਚੀਆਂ ਨੇ ਜਾਂ ਫਿਰ ਨਹੀਂ ਪਰ ਉਹਦੇ ਵਿੱਚ ਬੜਾ ਮੈਂ ਹੈਰਾਨ ਹੋਈ ਕਿ ਇੱਕ ਨਿਆਣਾ ਹੈ ਉਹ ਸਕੂਲ ਤੋਂ ਆਉਂਦਾ ਆਪਣੇ ਬੂਟ ਲਾਉਂਦਾ ਇੱਕ ਮਸ਼ੀਨ ਜੀ ਆ ਉੱਤੇ ਬੂਟ ਰੱਖ ਦਿੰਦਾ ਬੂਟ ਸੈਨਟਾਈਜ਼ ਹੋਣ ਲੱਗ ਜਾਂਦੇ ਆ ਇੱਕ ਬਟਨ ਨੱਪਦਾ ਉਹਦੇ ਨਾਲ ਉਹਦੀ ਰੋਟੀ ਬਣਨ ਲੱਗ ਜਾਂਦੀ ਆ ਇੱਕ ਬਟਨ ਨੱਪਦਾ ਉਹ ਨਾਲ ਉਹਦੇ ਹੱਥ ਸਾਫ਼ ਹੋ ਜਾਂਦੇ ਆ ਮਤਲਬ ਹਰ ਇੱਕ ਚੀਜ਼ ਜਿਹੜੀ ਮਸ਼ੀਨਾਂ ਰਾਹੀਂ ਹੋ ਰਹੀ ਆ ਹੈਨਾ ਸਮੇ ਬੜੀ ਹੈਰਾਨ ਹੋਈ ਵੀ ਕਿ ਸੱਚੀ ਚਾਈਨਾ ਦੇ ਵਿੱਚ ਆ ਕੁਝ ਹੋ ਰਿਹਾ ਪਤਾ ਨਹੀਂ ਵੀ ਆਏ ਹੁੰਦਾ ਕਿ ਨਹੀਂ ਹੁੰਦਾ ਪਰ ਕਹਿੰਦੇ ਵੀ ਚੀਨ ਤਕਨੀਕ ਦੇ ਪੱਖ ਤੋਂ ਬੜਾ ਅੱਗੇ ਆ ਹੂੰ ਤੇ ਮੇਰਾ ਇੱਛਾ ਕਰਦਾ ਵੀ ਜਾ ਕੇ ਆਈ ਗਏ ਅੱਛਾ ਜੀ ਮੇਰੇ ਜੀ ਕਰਦਾ ਜਾ ਕੇ ਆਈ ਗਏ ਹਾਂ ਹਾਂ ਤੇ ਉੱਥੇ ਖਾਣਾ ਪੀਣਾ ਕਿਵੇਂ ਮਤਲਬ ਖਾਣਾ ਪੀਣਾ ਕੋਈ ਲੋਕਾ ਪਪੀਲੀ ਦਾਲ ਚਾਹੀਦੀ ਆ ਅੱਛਾ ਜੀ ਥੋੜੇ ਬਹੁਤੇ ਕਿਤੋਂ ਚੌਲ ਚਾਹੀਦੇ ਆ ਨਹੀਂ ਇੱਥੋਂ ਲੈ ਜਾਾਂਗੇ ਓਕੇ ਕੋਈ ਨਹੀਂ ਕਰਦੇ ਆ ਗੱਲ ਚੀਨ ਵਾਲਿਆਂ ਨਾਲ ਵੀ ਹੂੰ ਸਾਨੂੰ ਸੱਦੋ ਕਿ ਤੇ ਅਸੀਂ ਚਾਹੀਦਾ ਵਿਚਾਰ ਕਰਦੇ ਆ ਪਰ ਚੀਨ ਦੀ ਇੱਕ ਬੀਬੀ ਹਾਂ ਬਈ ਗਲਤ ਕੰਮ ਕਰਕੇ ਨਾ ਮੈਂ 28 ਲੱਖ ਰੁਪਏ ਹੈਂ 28 ਲੱਖ ਰੁਪਇਆ ਭੰਗ ਦੇ ਪਾਣੀ ਗਿਆ ਕਿਵੇਂ ਜਿਵੇਂ ਆਏ ਰੁਪਈਏ ਓਵੇਂ ਗਏ ਕਿਵੇਂ ਇਹਨੂੰ ਪੈ ਗਈ ਜੀ ਆਰਤ ਲਾਟਰੀ ਪਾਉਣ ਦੀ ਓਹੋ ਲਾਟਰੀ ਦੀ ਆਤ ਬਾਰੇ ਨੂੰ ਡੋਬ ਦਿੰਦੀ ਹੈ ਸਹੀ ਗੱਲ ਇਹ ਵੀ ਜੂਏ ਵਰਗੀ ਆਰਤਾ ਹੂੰ ਵੀ ਮੇਰੀ ਹੁਣ ਨਿਕਲੀ ਹੁਣ ਨਿਕਲੀ ਹੁਣ ਨਿਕਲੀ ਹੁਣ ਨਿਕਲੀ ਹੁਣ ਨਿਕਲੀ ਤੇ ਲਾਟਰੀ ਨਿਕਲ ਤੋਂ ਪਹਿਲਾਂ ਜਲੂਸ ਨਿਕਲ ਜਾਂਦਾ ਐਵੇਂ ਬੀਬੀ ਦਾ ਨਿਕਲਿਆ ਆਹ ਪਤਾ ਲੱਗਾ ਵੀ ਇਸ ਬੀਬੀ ਨੇ ਨਾ ਵੀ ਲਾਟਰੀ ਦੀ ਆਸ ਦੇ ਵਿੱਚ ਇੰਨਾ ਕਰਜ਼ਾ ਚੱਕ ਲਿਆ ਕਰਜ਼ਾ ਚੱਕਿਆ ਲਾਟਰੀ ਪਾ ਲਈ ਕਰਜ਼ਾ ਚੱਕਿਆ ਲਾਟਰੀ ਪਾ ਲਈ ਕਰਜ਼ਾ ਚੱਕਿਆ ਲਾਟਰੀ ਪਾ ਲਈ ਤੇ 28 ਲੱਖ ਰੁਪਏ ਦੀ ਕਰਜ਼ਦਾਰ ਹੋ ਗਈ ਆ ਚਲੋ ਘਾਟੇ ਚੋਂ ਉੱਬਰਣ ਵਾਸਤੇ ਇਸ ਬੀਬੀ ਨੇ ਲਾਟਰਾਂ ਪਾਉਣੀਆਂ ਸ਼ੁਰੂ ਕੀਤੀਆਂ ਤੇ ਘਾਟਾ ਹੋ ਗਿਆ ਕਈ ਗੁਣਾ ਤੇ ਹੁਣ ਬੀਬੀ ਚ ਠੁੱਸ ਹੋ ਕੇ ਬੈਗੀ ਆ ਪਰ ਉਮਰ ਵੀ ਤਾਂ ਸਿਰਫ 28 ਸਾਲ ਦੀ ਆ ਤੇ ਫਿਰ 28 ਲੱਖ ਰੁਪਏ ਦਾ ਕਰਜ਼ਾ ਹਾਏ ਹਾਏ ਪਰ ਸਾਲ 1 ਲੱਖ ਦਾ ਕਰਜ਼ਾ ਵਧਦਾ ਹੈ ਹਨਾ ਡਾٹا ਸਾਹਿਬ ਹਾਏ ਹਾਏ ਇਹ ਤਾਂ ਬੜੀ ਬੁਰੀ ਆਦਤ ਹੈ ਵੈਸੇ ਵਾਕਈ ਪਰ ਤੁਹਾਨੂੰ ਪਤਾ ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕਈ ਘਰਾਂ ਦੇ ਘਰ ਉੱਜੜਦੇ ਵੇਖੇ ਨੇ ਆਪਾਂ ਵੀ ਜਿਹੜੇ ਇਸ ਆਦਤ ਦਾ ਕਰਕੇ ਜੂਏ ਦੀ ਆਦਤ ਦਾ ਕਰਕੇ ਸਾਰਾ ਕੁਝ ਆਪਣਾ ਵੇਚ ਦਿੰਦੇ ਨੇ ਇਹ ਕੋਈ ਸਿਆਣਾ ਪਾਲੀ ਗੱਲ ਨਹੀਂ ਹੈ ਲਾਟਰੀ ਪਾਈ ਪਾਉਣੀ ਆ ਨਾ ਕਦੇ-ਕਦੇ ਸ਼ੌਕੀਆਜੀ ਪਾਲੀ ਹਮ ਪਰ ਐਸ ਸਿਰ ਨੂੰ ਨਾ ਚੜਾਓ ਹਮ ਵੀ ਮੇਰੀ ਲਾਟਰੀ ਨਿਕਲੂਗੀ ਮੇਰੀ ਲਾਟਰੀ ਨਿਕਲੂਗੀ ਮੇਰੀ ਲਾਟਰੀ ਨਿਕਲ ਜਾਣੀ ਆ ਐਂ ਨਾ ਕਰਿਆ ਕਰੋ ਅਰ ਤਾਂ ਕੋਈ ਬਿਮਾਰੀ ਹੈ ਅਰ ਤਾਂ ਚਾਹ ਪੀਣ ਦੀ ਬਿਮਾਰੀ ਹੈ ਸਹੀ ਐਂ ਨਹੀਂ ਕਰਨਾ ਚਾਹੀਦਾ ਅਦਰ ਤੋਂ ਬਲੈਕ ਮੈਂ ਵੀ ਨਹੀਂ ਪਾਈ ਕਿਤੇ ਲਾਟਰੀ ਮੈਂ ਵੀ ਨਹੀਂ ਪਾਈ ਟਾਣਾ ਸਭ ਹੂੰ ਮੈਂ ਵੀ ਸੋਚਦੀ ਆ ਵੈਸੇ ਇੱਕ ਵਾਰ ਜ਼ਿੰਦਗੀ ਚ ਲਾਟਰੀ ਪਾਵਾਂ ਅੱਛਾ ਕੀ ਪਤਾ ਨਿਕਲ ਆ ਲਾਟੋ ਲਾਟੋ ਯੈਸ ਬਾਹਰਲੇ ਮੁਲਖ ਜਾ ਖਪਾਇਓ ਕਿਉਂ ਜਾਂਦੇ ਮੈਂ ਮੁੜਿਆਣਾ ਜਾਂਦੀ ਉਥਾਰੇ ਤੀਜਾ ਹੋਣਾ ਤੇ ਦੁਬਾਰਾ ਜਾਵਾਂਗੇ ਜਦੋਂ ਪੈਸੇ ਲੈਣੇ ਹੋਏ ਇਹ ਵੀ ਗੱਲ ਸਹੀ ਹੈ ਹਨਾ ਪਰ ਪੌਣੀ ਚਾਹੀਦੀ ਹੈ ਹਾਂ ਆਪਾਂ ਵੀ ਵੈਸੇ ਹੁਣੇ ਕਹਿ ਕੇ ਹਟਿਆ ਨਹੀਂ ਪੌਣੀ ਚਾਹੀਦੀ ਤਾਂ ਹੁਣ ਕਹਿੰਨੇ ਪੌਣੀ ਚਾਹੀਦੀ ਆਪਾਂ 28 ਲੱਖ ਦੀ ਥੋੜੀ ਪੌਣੀ ਹੈ ਹਾਂ ਇੱਕ ਅੱਧੀ ਵਾਰ ਮੈਂ ਆਖਿਆ ਵੀ ਸ਼ੌਕੀਆ ਤੌਰ ਤੇ ਪਾਲੀ ਪਰ ਇਹਦਾ ਮਤਲਬ ਇਹ ਨਹੀਂ ਵੀ ਅੱਥਕ ਤਾਂ ਹੋਰ ਹੀ ਗੱਲਾਂ ਕਰੀ ਜਾਗੇ ਹੁਣ ਤਾਂ ਤਾੰਤਰਿਕ ਬੜੇ ਆ ਗਏ ਆ ਤਾੰਤਰਿਕ ਕਹਿੰਦੇ ਵੀ ਲਾਟਰੀ ਦਾ ਨੰਬਰ ਤੁਹਾਨੂੰ ਅਸੀਂ ਦੱਸਾਂਗੇ ਤੇ ਤੁਸੀਂ ਕਿਸੇ ਨੂੰ ਕਿਉਂ ਦੱਸਦੇ ਆ ਆਪਦਾ ਆਪੇ ਲੱਭ ਲਓ ਬਿਲਕੁਲ ਸਹੀ ਤੁਸੀਂ ਆਪਦੀ ਲਾਟਰੀ ਆਪ ਕਿਉਂ ਨਹੀਂ ਪਾਉਂਦੇ ਸਰ ਸਾਹਿਬ ਪਰ ਗਲਤ ਹੋ ਨਹੀਂ ਆ ਗਲਤ ਉਹ ਲੋਕ ਨੇ ਜਿਹੜੇ ਉਹਨਾਂ ਕੋਲ ਜਾਂਦੇ ਨੇ ਉਹ 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 ਕਿਹੜਾ ਕਿਸੇ ਨੂੰ ਘਰੋਂ ਜਾ ਕੇ ਲੈ ਕੇ ਆਉਂਦੇ ਨੇ ਕਿਸੇ ਦੀ ਬਾਹ ਫੜ ਕੇ ਲੈ ਕੇ ਆਉਂਦੇ ਵੀ ਆਓ ਭਾਈ ਤੁਹਾਨੂੰ ਮੈਂ ਦੱਸਣਾ ਹੀ ਦੱਸਣਾ ਹੈ ਤੁਸੀਂ ਮੈਨੂੰ ਪੈਸੇ ਦਿਓ ਵੀ ਦਿਓ ਜੇਕਰ ਉਹ ਦਾਅਵੇ ਕਰਦੇ ਨੇ ਇਹ ਤਾਂ ਉਹ ਲੋਕ ਗਲਤ ਨੇ ਜਿਹੜੇ ਉਹਨਾਂ ਦੇ ਕੋਲ ਉਹਨਾਂ ਦੇ ਫੋਕੇ ਦਾਅਵਿਆਂ ਨੂੰ ਸੱਚ ਮੰਨ ਕੇ ਉਹਨਾਂ ਦੇ ਕੋਲ ਚਲੇ ਇਹਨਾਂ ਨੇ ਕਦੇ ਉਹਨਾਂ ਨੂੰ ਸਵਾਲ ਹੀ ਨਹੀਂ ਕੀਤਾ ਉਹੜਾ ਵੀ ਪਾਈ ਜੇ ਤੂੰ ਮੈਨੂੰ ਪ੍ਰੀਖਿਆ ਚ ਪਾਸ ਕਰਾ ਸਕਦਾ ਆਪ ਕਿਉਂ ਨਹੀਂ ਡੀਸੀ ਲੱਗ ਗਿਆ ਬਿਲਕੁਲ ਸਹੀ ਜੇਕਰ ਤੂੰ ਮੇਰੀ ਲੋਟਰੀ ਕਢਵਾ ਸਕਦਾ ਤਾਂ ਆਪਣੀ ਕੋ ਨਹੀਂ ਪਾ ਕੇ ਤੂੰ ਲੱਖਪਤੀ ਕਰੋੜਪਤੀ ਬਣ ਗਿਆ ਬਈ ਜੇ ਮੇਰੀ ਇਜਾਜ਼ਤ ਦੀ ਬਾਰੀ ਨੂੰ ਹੱਥ ਮੇਰਾ ਪਵਾ ਸਕਦਾ ਤੇ ਫਿਰ ਹੁਣ ਤੇ ਤੂੰ ਅਮਰੀਕਾ ਕੈਨੇਡਾ ਕਿਤੇ ਕਿਤੇ ਘੁੰਮ ਕੇ ਆਏ ਵੀ ਦੱਸ ਬਿਲਕੁਲ ਸਹੀ ਪਰ ਅਸੀਂ ਸਵਾਲ ਨਹੀਂ ਕਰਦੇ ਹੈਰਾਨੀ ਹੁੰਦੀ ਆ ਪਰ ਲੋਕ ਤਾਂ ਲੋਕ ਆ ਨਾ ਹੂੰ ਤੇ ਸਮਾਜ ਦੇ ਵਿੱਚ ਹਰ ਤਰ੍ਹਾਂ ਦੀ ਬੰਨਗੀ ਪਾਈ ਜਾਂਦੀ ਹੈ। ਐਟਮਾ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ। ਹਾਂ। ਐਟਮਿਕ ਐਟਮ ਵਜਦੀ ਇੱਥੇ। ਤੇ ਕਈ ਐਟਮਾ ਜਿਹੜੀਆਂ ਉਹ ਛੇਤੀ ਪਤਾ ਲੱਗ ਜਾਂਦੀਆਂ ਨੇ, ਕਈ ਐਟਮਾ ਦੇ ਪਤਾ ਲੱਗਣੇ ਥੋੜਾ ਟਾਈਮ ਲੱਗਦਾ। ਬਿਲਕੁਲ ਸਹੀ। ਆ ਵੀ ਹਾਜ਼ਰ ਹੈ। ਚੰਚੀ ਦਾ ਵੀ ਚਾ। ਹਰਮਨਜੀ ਇੱਕ ਮੁੰਡੇ ਨੇ ਆਪਦੀ ਮਾਂ ਤੇ ਬਾਪ ਦਾ ਕਤਲ ਕਰਤਾ ਸਰੀਆ ਮਾਰ-ਮਾਰ ਕੇ। ਇਹ ਖਬਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਫੈਲੀ ਆ। ਆ ਮੈਂ ਹੁਣੇ-ਹੁਣੇ ਇੱਕ ਹੋਰ ਪੜ ਕੇ ਹਟਿਆ। ਕੋਠਾ ਗੁਰੂ ਪੈਂਡਾ ਜੀ ਉੱਥੇ ਇੱਕ ਬੰਦੇ ਨੇ ਇੱਕ ਨਾਲ ਜ਼ਮੀਨ ਦੇ ਪਿੱਛੇ ਆਪਣੇ ਚਾਚਾ ਤਾਇਆ ਦੇ ਨਾਲ ਉਹਦਾ ਵੈਰ ਚੱਲਦਾ ਸੀਗਾ ਛੱਤ ਦੇ ਉੱਤੇ ਖੜੇ ਹੋ ਕੇ ਗੋਲੀਆਂ ਚਲਾਈਆਂ ਦੋ ਬੰਦੇ ਮਾਰਤੇ ਆ ਇੱਕ ਜ਼ਖਮੀ ਆ ਬਾਅਦ ਦੇ ਬੱਚੋ ਨੇ ਕਮਰੇ 'ਚ ਜਾ ਕੇ ਤੇ ਖੁਦ ਨੂੰ ਗੋਲੀ ਮਾਰ ਲਈ ਤੇ ਆਪ ਵੀ ਮਰ ਗਿਆ ਪੰਜਾਬ ਦੇ ਵਿੱਚ ਇਹੋ ਜਿਹੇ ਵਰਤਾਰਿਆਂ ਦੀਆਂ ਖਬਰਾਂ ਬਣਨੀਆਂ ਆਪਣੇ ਆਪ ਦੇ ਵਿੱਚ ਬਹੁਤ ਅਚੰਬਤ ਕਰਨ ਵਾਲੀਆਂ ਗੱਲਾਂ ਜੀ ਵੀ ਯਾਰ ਅਸੀਂ ਇੱਕ ਨਾਲ ਜ਼ਮੀਨ ਪਿੱਛੇ ਦੋ ਦੋ ਤਿੰਨ ਤਿੰਨ ਬੰਦੇ ਮਾਰ ਦਿੰਨੇ ਆ ਇਦਰ ਜਿਹੜੀ ਤੁਸੀਂ ਗੱਲ ਕਰਨ ਲੱਗੇ ਸੀਗੇ ਵੀ ਭਾਈ ਇੱਥੇ ਪੰਦੇਰ ਕਲਾਂ ਪਿੰਡਾ ਮਜੀਠਾ ਦੇ ਕੋਲ ਜੀ ਇੱਥੇ ਮਾਂ ਬਾਪ ਨੇ ਆਪਣੇ ਪੁੱਤ ਨੂੰ ਰੋਕਿਆ ਵੀ ਪੁੱਤ ਗਵੰਡਗਾਂ ਦੀ ਜਾਗੋ ਦੇ ਵਿੱਚ ਨਾ ਜਾਈ ਕਿਉਂਕਿ ਤੂੰ दारू ਪੀ ਲਈਆ ਗਵੰਡਗਰੇ ਘਰੇ ਵਿਆਹ ਦਾ ਪ੍ਰੋਗਰਾਮ ਸੀ ਜਾਗੋ ਨਿਕਲਣੀ ਸੀ ਉਹ ਕਹਿੰਦਾ ਮੈਂ ਤਾਂ ਜਾਊਂਗਾ ਹੂੰ ਮਾਪੇ ਕਹਿੰਦੇ ਪੁੱਤ ਨਾ ਜਾਈ ਉਹ ਕਹਿੰਦਾ ਜਾਊਂਗਾ ਮਾਪੇ ਕਹਿੰਦੇ ਪੁੱਤ ਤੂੰ ਕੋਈ ਨਾ ਕੋਈ ਲਾਂਬਾ ਲੈ ਕੇ ਕੋਈ ਚਵੜ ਮਾਰੇਗਾ ਕਹਿੰਦਾ ਮੈਂ ਜਾਊਂਗਾ ਪਰ ਇਸ ਗੱਲ ਦੇ ਉੱਤੇ ਖਿੱਚ ਗਿਆ ਮੈਨੂੰ ਰੋਕ ਦੇ ਕਾਤੋਂ ਸਰੀਆ ਚੱਕਿਆ ਮਾਂ ਬਾਪ ਦੇ ਸਿਰ ਦੇ ਉੱਤੇ ਇੰਨੇ ਕ ਵਾਰ ਕੀਤੇ ਕੇ ਬਜ਼ੁਰਗ ਮਾਤਾ ਨੂੰ ਤੇ ਆਪਣੇ ਬਾਪ ਨੂੰ ਕਤਲ ਕਰ ਦਿੱਤਾ ਇਹ ਮੇਰਾ ਖਿਆਲ ਵੀ 30 32 ਸਾਲ ਤੋਂ ਉੱਤੇ ਦਾ ਮੁੰਡਾ ਹੋਣਾ ਇਹ ਜਿਹੜੀਆਂ ਮੈਂ ਉਹਦੀਆਂ ਫੋਟੋ ਦਿਖੀਆਂ ਤੇ ਇਸ ਤਰੀਕੇ ਦੇ ਨਾਲ ਜਿਹੜਾ ਬੰਦਾ ਆਪਦੇ ਮਾਂ ਦਾ ਆਪਣੇ ਬਾਪ ਦਾ ਆਪਦੇ ਖੂਨ ਦੇ ਰਿਸ਼ਤੇ ਦਾ ਸੱਕਾ ਨਹੀਂ ਉਹ ਪਿੰਡ ਦਾ ਗਲੀ ਦਾ ਗਵਾਂਡ ਦਾ ਮੁਹੱਲੇ ਦਾ ਕਿਵੇਂ ਸੱਕਾ ਹੋ ਸਕਦਾ ਸਵਾਲ ਇਹ ਆ ਨਹੀਂ ਹੋ ਸਕਦਾ ਕਦੇ ਨਹੀਂ ਹੋ ਸਕਦਾ ਅਸੀਂ ਗੱਲ ਇਹ ਆ ਨਾ ਟੇਣਾ ਸਾਹਿਬ ਕਿ ਅਸੀਂ ਆਪਦੀ ਗਲਤੀ ਮੰਨ ਕੇ ਨਹੀਂ ਰਾਜ਼ੀ ਹੁੰਦੇ ਹੁਣ ਇਹ ਮੁੰਡੇ ਨੂੰ ਪੁੱਛ ਕੇ ਵੇਖ ਲੋ ਇਹਨੂੰ ਐਉਂ ਲੱਗਦਾ ਹੋਣਾ ਮਾਪਿਆਂ ਨੇ ਰੋਕਿਆ ਕਿਉਂ ਭਾਈ ਤੇਰੇ ਭਲੇ ਲਈ ਰੋਕਿਆ ਸੀ ਜੋ ਕੋਈ ਤੂੰ ਘਰੇ ਕੀ ਤਾਂ ਇਹੀ ਤੂੰ ਗਵਾਂਡੀਆਂ ਦੇ ਵਿਆਹ ਦੇ ਵਿੱਚ ਜਾ ਕੇ ਕਰਨਾ ਸੀ ਜੇ ਤੂੰ ਤੈਨੂੰ ਆਪਦੇ ਮਾਪੇ ਨੂੰ ਮਾਰਨ ਲੱਗਿਆ ਤੈਨੂੰ ਜ਼ਰਾ ਵੀ ਇਹ ਖਿਆਲ ਨਹੀਂ ਆਇਆ ਵੀ ਤੂੰ ਕੀ ਕਰਨ ਲੱਗਿਆ ਤੇ ਫਿਰ ਗਵਾਂਡੀਆਂ ਦੇ ਵਿਆਹ ਦੇ ਵਿੱਚ ਤੂੰ ਕੀ ਕੀ ਜਾ ਕੇ ਕਰਨਾ ਸੀ ਉਹਦਾ ਖਿਆਲ ਤੈਨੂੰ ਕਿੱਥੋਂ ਆਣਾ ਸੀ ਸੋ ਪਤਾ ਨਹੀਂ ਭਾਈ ਲੋਕਾਂ ਦੀ ਮਤ ਨੂੰ ਕੀ ਹੋਈ ਜਾਂਦਾ ਨਸ਼ਾ ਇੰਨਾ ਜ਼ਿਆਦਾ ਸਿਰ ਚੜ੍ਹ ਕੇ ਬੋਲਣ ਲੱਗ ਗਿਆ ਟੇਣਾ ਸਾਹਿਬ ਇਹ ਨਸ਼ਾ ਕਲਾਉ ਨਸ਼ਾ ਨਹੀਂ ਹੈ ਵੀ दारू ਜਾਂ ਉਹਦੀ ਚਿੱਟੇ ਦੀ ਗੱਲ ਨਹੀਂ ਮੈਂ ਕਰ ਰਹੀ ਇਹ ਨਸ਼ਾ ਚਾਹੇ ਜ਼ਮੀਨ ਦਾ ਨਸ਼ਾ ਹੋਵੇ ਤੁਹਾਡੀ ਫੋਕੀ ਹੈਂਕਰ ਦਾ ਨਸ਼ਾ ਹੋਵੇ ਤੁਹਾਡੀ ਆ ਈਗੋ ਦਾ ਆ ਔਨਰ ਕਿਲਿੰਗ ਜਿਹਨੂੰ ਆਪਾਂ ਕਹਿੰਨੇ ਆ ਇੱਜ਼ਤ ਖਾਤਰ ਜਿਹੜੇ ਕਤਲ ਹੁੰਦੇ ਨੇ ਉਹਨਾਂ ਦੀ ਗੱਲ ਕਰ ਲਈਏ ਇਹ ਨਸ਼ਾ ਇਹੋ ਜਿਹੀਆਂ ਚੀਜ਼ਾਂ ਦਾ ਵੀ ਆ ਜਿਹੜਾ ਤੁਹਾਨੂੰ ਟਿਕਣ ਨਹੀਂ ਦਿੰਦਾ ਸੋ ਨਸ਼ਾ ਕਿਸੇ ਵੀ ਚੀਜ਼ ਦਾ ਹੋਵੇ ਸਮੇਂ ਤੋਂ ਪਹਿਲਾਂ ਲਾਹ ਦੇਣਾ ਚਾਹੀਦਾ ਪਹਿਲਾਂ ਤਾਂ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਨੂੰ ਸਬਕ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਬਕ ਅਸੀਂ ਬਹੁਤ ਕੁਝ ਪੜ੍ਹਦੇ ਆਂ ਅਸੀਂ ਬਹੁਤ ਕੁਝ ਦੇਖਦੇ ਆਂ ਪਰ ਅਸੀਂ ਸੱਭਿਅਕ ਬਣੀਏ ਪਹਿਲੀ ਗੱਲ ਤਾਂ ਇਹ ਆ ਹੁੱਲੜ ਬਾਦਲਾ ਬਣੀਏ ਜਿਹੜੇ ਕਿ ਬਣ ਚੁੱਕੇ ਆਂ ਅਸੀਂ ਅਸੀਂ ਸੱਭਿਅਕ ਬਣਨ ਦੀ ਕੋਸ਼ਿਸ਼ ਕਰਗੇ ਗੱਲ ਨੂੰ ਪਹਿਲਾਂ ਸੁਣੀਏ ਸਮਝ ਗਏ ਤੇ ਫਿਰ ਕਹੀਏ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਸੋਚਿਆ ਵਿਚਾਰਿਆ ਕਰਗੀ ਜੀ ਫਾ ਫਾ ਮਾਰੀ ਜਾਣਾ ਇਹ ਕੋਈ ਬੇਬਾਕੀ ਦਾ ਪ੍ਰਤੀਕ ਨਹੀਂ ਹੁੰਦਾ ਹੂੰ ਇਸ ਕਰਕੇ ਕਿਸੇ ਦੇ ਲੜ ਪੈਣਾ ਕਿਸੇ ਦੇ ਗੋਲੀ ਮਾਰ ਦੇਣੀ ਇਹ ਦਲੇਰੀ ਦਾ ਪ੍ਰਤੀਕ ਨਹੀਂ ਹੁੰਦਾ ਇਹ ਮੂਰਖਤਾ ਦਾ ਪ੍ਰਤੀਕ ਹੁੰਦਾ ਜੀ ਆਪ ਜੇਲ੍ਹ ਚਲੇ ਗਏ ਟੱਬਰ ਦੀ ਸਾਰੀ ਜ਼ਮੀਨ ਵੇਚ ਗਈ ਹੂੰ ਇਹਦੇ ਚ ਕਿਹੜੀ ਦਲੇਰੀ ਸੀ ਕਿਹੜੀ ਅਣਖ ਸੀ ਇਹਦੇ ਵਿੱਚ ਉਹ ਜ਼ਮੀਨਾਂ ਜਾਇਦਾਦਾਂ ਇੱਥੇ ਹੀ ਰਹਿ ਜਾਂਦੀਆਂ ਨੇ ਟਾਣਾ ਸਾਹਿਬ ਸਿਰਫ ਨਾਂ ਬਦਲਦੇ ਨੇ ਹੋਰ ਕੁਛ ਨਹੀਂ ਰਹਿੰਦਾ ਇਹ ਇਹ ਨਾਲ ਥੋੜੀ ਚੱਲੀਆਂ ਜਾਣੀਆਂ ਨੇ ਪਰ ਜਿਹੜੀ ਅਸੀਂ ਮੂਰਖਤਾ ਹੀ ਕਰਦੇ ਆ ਇਹ ਨਾ ਸਾਰੀਆਂ ਚੀਜ਼ਾਂ ਦਾ ਕਰਕੇ ਨਾ ਇਹ ਜ਼ਰੂਰ ਤੁਹਾਨੂੰ ਥੋੜਾ ਵਿਚਾਰਨਾ ਚਾਹੀਦਾ ਵੀ ਆਪਾਂ ਕੀ ਕਰ ਰਹੇ ਆ ਤੁਹਾਨੂੰ ਯਾਦ ਹੈ ਇੱਕ ਦਿਨ ਮੈਂ ਚਾਹਦਾ ਵਿਚਾਰ ਵੀ ਸਾਂਝਾ ਕੀਤਾ ਸੀ ਕਿ ਅਸੀਂ ਸਾਡੇ ਚੋਂ ਬਹੁਤੇ ਲੋਕ ਜਿਹੜੇ ਉਹਨਾਂ ਦੀ ਇਹ ਸਮੱਸਿਆ ਹੈ ਕਿ ਅਸੀਂ ਗੱਲ ਇਸ ਲਈ ਨਹੀਂ ਸੁਣਦੇ ਕਿ ਅਸੀਂ ਉਹਨੂੰ ਸਮਝ ਸਕੀਏ ਅਸੀਂ ਗੱਲ ਇਸ ਲਈ ਸੁਣਦੇ ਆ ਕਿ ਉਹਦਾ ਜਵਾਬ ਦੇ ਸਕੀਏ ਅਸੀਂ ਸਮਝਣਾ ਨਹੀਂ ਚਾਹੁੰਦੇ ਅਸੀਂ ਗੱਲ ਇਸ ਲਈ ਸੁਣਦ ਰਹੇ ਨੇ ਵੀ ਦਿਮਾਗ 'ਚ ਤਿਆਰ ਕਰੀ ਬੈਠੇ ਆ ਵੀ ਇਹਦੀ ਗੱਲ ਮੁੱਕੇ ਮੈਨੂੰ ਆ ਜਵਾਬ ਦੇਣਾ ਤਾਂ ਜੋ ਇਹ ਚੁੱਪ ਕਰ ਜਾਵੇ ਪਰ ਕਈ ਵਾਰ ਅਸੀਂ ਇਹ ਨਹੀਂ ਸੋਚਦੇ ਕਿ ਅਗਲਾ ਬੰਦਾ ਹੋ ਸਕਦਾ ਸਾਡੇ ਭਲੇ ਲਈ ਕਹਿ ਰਿਹਾ ਹੋਵੇ ਸਾਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਚ ਹੋਵੇ ਸੋ ਇਸ ਲਈ ਜਾਂਤੀ ਅਸੀਂ ਇਹ ਗੱਲ ਨਹੀਂ ਸਮਝਦੇ ਕਿ ਇਕੱਲਾ ਜਵਾਬ ਦੇਣਾ ਮਹਾਨਤਾ ਨਹੀਂ ਹੁੰਦੀ ਕੁਝ ਕੁ ਚੀਜ਼ਾਂ ਥੋੜਾ ਸਮਝਣੀਆਂ ਵੀ ਚਾਹੀਦੀਆਂ ਨੇ ਅੱਧੋਂ ਵੱਧ ਮਸਲੇ ਹੱਲ ਹੋ ਜਾਣ ਸੋ ਇਸ ਲਈ ਭਾਈ ਜੋ ਵੀ ਇਹ ਖਬਰਾਂ ਆ ਰਹੀਆਂ ਨੇ ਪੰਜਾਬ ਚੋਂ ਸੱਚੀ ਹੈਰਾਨ ਕਰਦੀਆਂ ਨੇ ਦੁਖੀ ਕਰਦੀਆਂ ਨੇ ਕਿ ਆਖਰਕਾਰ ਬਣੂਗਾ ਕੀ ਬਿਲਕੁਲ ਸਹੀ ਤੇ ਆਪਾਂ ਹੁਣ ਚਲਿਏ ਇਤਰਾ ਸਾਹਿਬ ਸਾਡੇ ਜਾਣ ਦਾ ਹੋ ਗਿਆ ਜੀ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਛੱਡਦੇ ਪਹੁੰਚਾਇਓ ਦੁਬਾਰਾ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੰਚਦਾ ਵੀਚਾਰ